ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ, ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ, ਅੱਜ 18 ਸਤੰਬਰ 2018 409 ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ, ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟ੍ਰਮ ਕੇਬਲ, ਆਰਸੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਯੂਟਿਊਬ ਤੇ ਇਸ ਨੂੰ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮੱਚ, ਸੋ ਕੀਪ ਵਾਚਿੰਗ TV84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਤੁਸੀਂ ਹਮੇਸ਼ਾ ਹੀ ਕੋਈ ਨਾ ਕੋਈ ਨਵਾਂ ਇਸ਼ੂ ਵਰਲਡ ਵਾਈਡ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਦੇ ਹੋ, ਅੱਜ ਤੁਸੀਂ ਕਿਹੜਾ ਜੋ ਮੇਨ ਇਸ਼ੂ ਹੈ ਉਸ ਬਾਰੇ ਆਪਣੇ ਵਿਚਾਰ ਦੇਣ ਜਾ ਰਹੇ ਹੋ? ਦੇਖੋ, 2019 ਦੀਆਂ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਆਲਰੇਡੀ ਜਿਹੜਾ ਮੌਕਫ ਜਾਂ ਮੁੱਦਾ ਆਉਣ ਵਾਲੇ ਪੀਰੀਅਡ ਦੇ ਵਿੱਚ ਇਹਨਾਂ ਨੇ ਸੈਂਟਰਲ ਇਸ਼ੂ ਬਣਾਉਣਾ ਹੈ ਵੋਟਾਂ ਲੈਣ ਦੇ ਲਈ, ਉਸ ਦੀ ਮੁਹਿੰਮ ਜਿਹੜੀ ਹੈ ਉਹ ਵਿੱਢੀ ਜਾ ਚੁੱਕੀ ਹੈ। ਔਰ ਉਸ ਪ੍ਰੋਸੈਸ ਦੇ ਵਿੱਚ ਅਸੀਂ ਦੇਖਦੇ ਹਾਂ ਜਿੱਥੇ ਦਿੱਲੀ ਦੇ ਵਿੱਚ 3 ਰੋਜ਼ਾ ਲੈਕਚਰ ਸੀਰੀਜ਼ ਨਾਲ ਮੋਹਨ ਭਾਗਵਤ ਉੱਥੇ 40 ਦੇਸ਼ਾਂ ਦੇ ਡੈਲੀਗੇਟਸ ਔਰ ਐਂਬੈਸਡਰਸ ਜਾਂ ਜਿਹੜੀਆਂ ਭਾਰਤ ਦੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਪ੍ਰਮੁੱਖ ਨੁਮਾਇੰਦੇ, ਕੋਈ ਪੱਤਰਕਾਰ, ਕੋਈ ਫਿਲਮੀ ਕਲਾਕਾਰ, ਕੋਈ ਲੇਖਕ, ਉਹਨਾਂ 'ਚ ਖਲੋ ਕੇ ਕਹਿ ਰਿਹਾ ਕਿ ਜੀ RSS ਬਿਲਕੁਲ ਨੋਨ ਪੋਲੀਟੀਕਲ ਜਮਾਤ ਹੈ ਔਰ ਸਾਡਾ ਕਿਸੇ ਪਾਰਟੀ ਨਾਲ ਕੋਈ ਲਾਗਾ ਦੇਗਾ ਨਹੀਂ। ਕਾਂਗਰਸ ਦੀ ਵੀ ਤਾਰੀਫ ਕੀਤੀ ਹੈ ਕਿ ਜੀ ਆਜ਼ਾਦੀ ਲੈਣ 'ਚ ਉਹਨਾਂ ਨੇ ਰੋਲ ਅਦਾ ਕੀਤਾ। ਔਰ ਦੂਸਰਾ ਪੱਖ ਜਿਹੜਾ ਬੜੇ ਧੜੱਲੇ ਨਾਲ ਕਿ ਜੀ ਸਾਡੀ ਦੁਨੀਆ ਦੀ ਸਭ ਤੋਂ ਜਮਹੂਰੀਅਤ ਪਸੰਦ ਜਥੇਬੰਦੀ ਹੈ, ਅਸੀਂ ਬਿਲਕੁਲ ਜਿਹੜੀ ਹੈ ਉਹ ਸਾਡੇ ਜਿਹੜੇ ਫੈਸਲੇ ਨੇ ਉਹ ਕੰਸੈਂਸਸ ਨਾਲ ਲਏ ਜਾਂਦੇ ਨੇ ਔਰ ਸਾਡੇ ਤੋਂ ਜ਼ਿਆਦਾ ਡੈਮੋਕਰੇਸੀ ਕਿਸੇ ਔਰਗਨਾਈਜੇਸ਼ਨ ਨਹੀਂ। ਲੇਕਿਨ ਜੇ ਇਸ ਦੇ ਨਾਲ ਨਾਲ ਅਸੀਂ ਦੇਖੀਏ ਕਿ ਇਹ ਵੀ ਇੱਕ RSS ਦਾ ਜਿਹੜਾ ਪਿਛਲੇ 90-95 ਸਾਲ ਤੋਂ ਡਾਕਟਰ ਹੈਡਗਵੇਅਰ ਦੇ ਜ਼ਮਾਨੇ ਤੋਂ ਹੀ ਇਹ ਉਹਨਾਂ ਦਾ ਇੱਕ ਤਰਜ਼ ਜਿਹਨੂੰ ਤਰਜ਼ ਹੈ, ਇਸ ਤਰਜ਼ ਦੇ ਉੱਤੇ ਹੀ ਉਹ ਕੰਮ ਕਰਦੇ ਨੇ। ਔਰ ਸ਼ਾਇਦ ਇਹ ਸਾਰੇ ਜਦੋਂ ਅਸੀਂ ਇਜ਼ਰਾਈਲੀ ਇੰਟੈਲੀਜੈਂਸ ਏਜੰਸੀ ਮੌਸਾਦ ਜਾਂ ਇਹਨਾਂ ਦੀਆਂ ਨੀਤੀਆਂ ਦੇਖਦੇ ਹਾਂ ਤਾਂ ਜ਼ਾਹਰ ਹੈ ਕਿ ਮੌਸਾਦ ਦਾ ਇਨਸਿਗਨੀਆ ਹੀ ਇਹ ਹੈ ਕਿ ਬਾਈ ਦਾ ਵੇ ਆਫ ਡਿਸੈਪਸ਼ਨ ਵੀ ਵਿਨ ਦਾ ਵਾਰ, ਕਿ ਧੋਖੇ ਦੇ ਨਾਲ ਅਸੀਂ ਜਿਹੜਾ ਉਹ ਜੰਗ ਜਿੱਤਦੇ ਹਾਂ। ਔਰ ਇਹ ਡਿਸੈਪਸ਼ਨ ਜੇ ਕੋਈ RSS ਤੋਂ ਵੱਡੀ ਜਮਹੂਰੀ ਜਮਾਤ ਨਹੀਂ ਅਤੇ RSS ਦਾ ਕਿਸੇ ਪਾਰਟੀ ਨਾਲ ਸੰਬੰਧ ਨਹੀਂ, ਇਸ ਤੋਂ ਵੱਡੇ ਹੋਰ ਇਸ ਸਦੀ ਦੇ ਕਿ ਇਸ ਮਿਲੇਨੀਅਮ ਦੇ ਕਿਹੜੇ ਝੂਠ ਹੋ ਸਕਦੇ ਨੇ? ਪਰ ਮੀਡੀਆ ਉਹਨਾਂ ਨੂੰ ਕੋਈ ਸਵਾਲ ਨਹੀਂ ਕਰਦਾ, ਬਿਲਕੁਲ ਉਹ ਸਟੇਟਮੈਂਟਾਂ ਇਨ ਬਿਨ ਛਪ ਰਹੀਆਂ ਨੇ। ਭਾਰਤੀ ਦੂਰਦਰਸ਼ਨ ਤੋਂ ਲੈ ਕੇ ਸਾਰੇ ਪ੍ਰਾਈਵੇਟ ਚੈਨਲ ਜਿਹੜੇ ਮੋਦੀ ਸਰਕਾਰ ਦਾ ਗੋਦੀ ਮੀਡੀਆ ਜਿਹਨੂੰ ਰਵੀਸ਼ ਕੁਮਾਰ ਪੱਤਰਕਾਰ ਕਹਿੰਦੇ ਨੇ, ਉਹ ਉਹਨਾਂ ਨੂੰ ਉਸ ਤਰ੍ਹਾਂ ਹੀ ਛਾਪ ਰਹੇ ਨੇ। ਪਰ ਜੇ ਤੁਸੀਂ ਧਿਆਨ ਨਾਲ ਦੇਖੋ ਕਿ ਜਿਹੜੇ ਟਾਰਗੇਟ ਇਹਨਾਂ ਨੇ 2019 'ਚ ਕਰਨੇ ਨੇ ਔਰ 2019 ਇਹਨਾਂ ਦੇ ਲਈ ਪਾਰਲੀਮੈਂਟਲੀ ਪਾਰਲੀਮੈਂਟ ਦੀਆਂ ਚੋਣਾਂ ਦੇ ਐਂਗਲ ਤੋਂ ਇੰਪੋਰਟੈਂਟ ਹੈ, ਪਰ ਸਿੱਖ ਕੌਮ ਲਈ ਇਹ ਇਸ ਲਈ ਵੀ ਅਹਿਮੀਅਤ ਰੱਖਦਾ ਹੈ ਕਿ ਜਿੱਥੇ ਸਾਡਾ ਭਵਿੱਖ ਜਦੋਂ ਅਸੀਂ ਭਾਰਤ ਦੇ ਨਕਸ਼ੇ 'ਚ ਕੈਦ ਆਪਣੇ ਲੋਕਾਂ ਵੱਲ ਦੇਖਦੇ ਹਾਂ,
ਉਹ ਵੀ ਇਸ ਨਾਲ ਜੁੜਿਆ ਹੋਇਆ ਕਿ ਚੋਣ ਨਤੀਜੇ ਕੀ ਹੋਣਗੇ, ਪਰ ਇਹਦੇ ਨਾਲ ਨਾਲ ਸਾਡੀਆਂ ਧਾਰਮਿਕ ਭਾਵਨਾਵਾਂ, ਸਾਡੇ ਜਜ਼ਬੇ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਜਿਹੜਾ ਕਿ 2019 ਦੇ ਵਿੱਚ ਹੋਣਾ ਉਹਦੇ ਨਾਲ ਜੁੜੇ ਹੋਏ ਨੇ। ਔਰ ਇਹ ਪਿਛਲੇ ਲਗਭਗ 50-60 ਸਾਲ ਤੋਂ ਅਸੀਂ ਦੇਖਦੇ ਹਾਂ, 1966 ਦੇ ਵਿੱਚ ਦਸਵੇਂ ਪਾਤਸ਼ਾਹ ਦਾ 300 ਸਾਲਾ ਪ੍ਰਕਾਸ਼ ਪੁਰਬ ਸੀ, ਬਹੁਤ ਵੱਡੇ ਪੈਮਾਨੇ 'ਤੇ ਸੈਲੀਬ੍ਰੇਟ ਕੀਤਾ ਗਿਆ। 1969 'ਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਾ 500ਵਾਂ ਵਰ੍ਹਾ ਸੀ। ਇਸੇ ਤਰੀਕੇ ਨਾਲ ਹੁਣ ਤੱਕ ਪਹੁੰਚਦੇ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ 400 ਸਾਲਾ ਪ੍ਰਕਾਸ਼ ਦਿਵਸ ਔਰ ਦੂਸਰੇ ਦਿਨਾਂ ਨੂੰ ਵੀ ਕਰਦੇ ਹਾਂ। ਔਰ ਇਸ ਬਾਰੇ ਹੋਰ ਵੀ ਅਹਿਮੀਅਤ ਰੱਖਦਾ ਕਿ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਸਥਾਨ, ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ 'ਚ ਹੈ, ਔਰ ਪਾਕਿਸਤਾਨ ਦੇ ਵਿੱਚ ਪਿਛਲੇ ਦਹਾਕਿਆਂ ਦੇ ਵਿੱਚ ਬੜੀ ਜ਼ਬਰਦਸਤ ਤਬਦੀਲੀ ਹੋਈ ਹੈ ਸਿੱਖਾਂ ਪ੍ਰਤੀ ਉਹਨਾਂ ਦੀ ਪਾਲਿਸੀ 'ਚ। ਨਤੀਜੇ ਦੇ ਤੌਰ 'ਤੇ ਅੱਜ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਟਰੋਲ ਥੱਲੇ ਬਹੁਤ ਸਾਰੇ ਗੁਰਦੁਆਰੇ ਇਤਿਹਾਸਕ ਜਿਹੜੇ ਨੇ ਉੱਥੇ, ਜਿਹੜੇ ਪਹਿਲਾਂ ਬੰਦ ਪਏ ਸਨ 2-3 ਦਹਾਕੇ, ਉਹਨਾਂ ਦੀ ਉਹ ਜਿਹੜੇ ਨੇ ਖੁੱਲ੍ਹੇ ਨੇ, ਔਰ ਵੀਜ਼ਾ ਕੰਡੀਸ਼ਨਸ ਉਹਨਾਂ ਨੇ ਬੜੀਆਂ ਲੈਕਸ ਕੀਤੀਆਂ, ਔਰ ਡਾਇਸਪੋਰਾ ਸਿੱਖ ਵੱਡੀ ਗਿਣਤੀ ਦੇ ਵਿੱਚ ਉੱਥੇ ਜਾਂਦੇ ਨੇ। ਔਰ ਖਾਸ ਤੌਰ 'ਤੇ ਇਮਰਾਨ ਖਾਨ ਦੀ ਹਕੂਮਤ ਬਣਨ ਤੋਂ ਬਾਅਦ ਜਿਹੜੀ ਔਫਰ ਪਿਛਲੇ 25 ਸਾਲ ਤੋਂ ਚੱਲ ਰਹੀ ਸੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ, ਉਸ ਨੂੰ ਹੋਰ ਵੀ ਹੁੰਗਾਰਾ ਮਿਲਿਆ। ਔਰ ਉਸ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਔਕਾਫ ਬੋਰਡ ਹੈ ਉਹ ਇਹ ਕਹਿ ਚੁੱਕਾ ਹੈ, ਔਰ ਉਹਨਾਂ ਦੇ ਹਾਈ ਕਮਿਸ਼ਨ ਰਾਹੀਂ ਵੀ, ਕਿ ਉਹ ਇਸ ਅਗਲੇ ਵਰ੍ਹੇ 'ਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ 'ਚ ਸ਼ਾਮਲ ਹੋਣ ਵਾਲੇ ਸਿੱਖਾਂ ਨੂੰ ਉਹ ਭਾਵੇਂ 10,000 ਦੀ ਗਿਣਤੀ 'ਚ ਆਉਣ, 25,000 ਆਉਣ, 50,000 ਆਉਣ, ਅਸੀਂ ਵੀਜ਼ੇ ਦਿਆਂਗੇ। ਸੋ ਜ਼ਾਹਰ ਹੈ ਡਾਇਸਪੋਰਾ ਸਿੱਖਾਂ 'ਚ ਵੀ ਇਸ ਦੇ ਲਈ ਉਤਸ਼ਾਹ ਹੈ। ਹੁਣ ਜੇ ਸਾਨੂੰ ਲੱਗਦਾ ਹੈ ਕਿ ਅਸੀਂ ਆਪਣੇ ਗੁਰੂਆਂ ਦੀ ਉਸ ਵਰੋਸਾਈ ਧਰਤੀ ਦੇ ਉੱਤੇ ਜਿਸ ਦੀ ਹਮੇਸ਼ਾ ਹੀ ਚਾਹਨਾ ਸਿੱਖ ਦੋ ਵੇਲੇ ਦੀ ਅਰਦਾਸ 'ਚ ਜਿਹੜਾ ਉਹ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਨੂੰ ਯਾਦ ਕਰਦਿਆਂ ਕਰਦੇ, ਔਰ ਉਹ ਸਾਡੇ ਲਈ ਇੱਕ ਮੁਬਾਰਕ, ਉਹ ਸਰਜ਼ਮੀਨ ਵੀ ਮੁਬਾਰਕ ਹੈ। ਔਰ ਜਦੋਂ ਦਾ ਇਹ ਗੱਲ ਖਾਸ ਤੌਰ 'ਤੇ ਸਹੁੰ ਚੁੱਕ ਸਮਾਗਮ 'ਚ ਨਵਜੋਤ ਸਿੱਧੂ ਜਦੋਂ ਪਾਕਿਸਤਾਨ ਗਿਆ ਔਰ ਉਹਨਾਂ ਦੇ ਆਰਮੀ ਚੀਫ ਜਨਰਲ ਬਾਜਵਾ ਨੇ ਉਹਨਾਂ ਨੂੰ ਕਿਹਾ ਕਿ ਜੀ ਅਸੀਂ ਸੋਚ ਰਹੇ ਹਾਂ ਆ ਜਾਓ, ਔਰ ਉਸ ਤੋਂ ਬਾਅਦ ਪਾਕਿਸਤਾਨ ਦੀ ਫੌਰਨ ਜਿਹੜਾ ਹੈ ਉਹਨਾਂ ਦੀ ਤਹਿਰੀਕ ਇਨਸਾਫ ਦੇ ਸਪੋਕਸਪਰਸਨ ਮਿਸਟਰ ਫਵਾਦ ਚੌਧਰੀ ਨੇ ਇਸ ਮਾਮਲੇ 'ਚ BBC ਨੂੰ ਕਿਹਾ, ਟਵੀਟ ਕੀਤਾ। ਸੋ ਜ਼ਾਹਰ ਹੈ ਕਿ ਨਵਜੋਤ ਸਿੱਧੂ ਸਿੰਗਲ ਹੈਂਡਿਡਲੀ ਇਸ ਇਸ਼ੂ ਨੂੰ ਹਾਈਲਾਈਟ ਕਰ ਰਿਹਾ। ਉਹਨੇ ਸੁਸ਼ਮਾ ਸਵਰਾਜ ਨੂੰ ਵੀ ਚਿੱਠੀ ਲਿਖੀ ਉਸ ਦੇ ਉੱਤੇ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਬਹੁਤਿਆਂ ਨੂੰ ਲੱਗਦਾ ਹੈ ਕਿ ਜੀ ਇਹ ਨਵਜੋਤ ਸਿੱਧੂ ਇੰਡੀਵਿਜੁਅਲ ਪਬਲਿਸਿਟੀ ਕੱਢ ਰਿਹਾ ਇਹਦੇ 'ਚੋਂ, ਲੇਕਿਨ ਤੁਸੀਂ ਦੁਸ਼ਮਣ ਦੇ ਐਂਗਲ ਤੋਂ ਦੇਖੋ। ਇਹ ਨਹੀਂ, ਨਵਜੋਤ ਸਿੱਧੂ ਤਾਂ ਇੱਕ ਸਮਾਲ ਫਰਾਈ ਹੈ ਇਹ ਸਾਰੀ ਡਿਬੇਟ ਦੇ ਵਿੱਚ। ਇੰਡੀਅਨ ਏਜੰਸੀਆਂ ਨੇ ਨਵਜੋਤ ਸਿੱਧੂ ਦੇ ਹਵਾਲੇ ਨਾਲ ਕਰਤਾਰਪੁਰ ਕੋਰੀਡੋਰ ਨੂੰ ਜੋੜ ਕੇ ਜਿਵੇਂ ਬਲਾਸਟ ਕਰਨਾ ਸ਼ੁਰੂ ਕੀਤਾ, ਕਿਉਂਕਿ ਉਹ ਨਹੀਂ ਚਾਹੁੰਦੇ ਕਿ 550 ਸਾਲਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਉਸ ਗ੍ਰੈਂਡ ਸਕੇਲ 'ਤੇ ਸੈਲੀਬ੍ਰੇਟ ਹੋਏ ਕਿ ਲੱਖਾਂ ਸਿੱਖ ਨਨਕਾਣਾ ਸਾਹਿਬ ਦੀ ਧਰਤੀ 'ਤੇ ਹੋਣ। ਉਹ ਨਹੀਂ ਚਾਹੁੰਦੇ ਕਿ ਕਰਤਾਰਪੁਰ ਲਾਂਘੇ ਦੀ ਗੱਲ ਜੇ ਪਾਕਿਸਤਾਨ, ਜਿਹਨੂੰ ਕਹਿੰਦੇ ਨੇ ਕਿ ਐਕਸਟਰਾ ਮਾਈਲ ਆ ਕੇ ਉਹ ਜਿਹੜਾ ਉਸਨੂੰ ਔਫਰ ਕਰ ਰਿਹਾ, ਅਤੇ ਇਹ ਪਹਿਲਾਂ ਡਰਾਮੇ ਕਰ ਰਹੇ ਸੀ ਕਿ ਜੀ ਸਾਨੂੰ ਤਾਂ ਕੋਈ ਔਫਰ ਮਿਲੀ ਨਹੀਂ ਅਜੇ ਤੱਕ, ਨਹੀਂ ਹੋਇਆ। ਫਿਰ ਹੁਣ ਜਿਸ ਕਰਕੇ ਮੈਂ ਇਹਨੂੰ ਪ੍ਰਾਈਮ ਆਪਣੇ ਸੈਗਮੈਂਟ ਦੇ ਤੌਰ 'ਤੇ ਅੱਜ ਡਿਸਕਸ ਕਰ ਰਹੇ ਹਾਂ, ਜੇ ਤੁਸੀਂ ਪਿਛਲੇ ਦਿਨਾਂ 'ਚ, ਹਾਲਾਂਕਿ ਇਮੀਡੀਏਟ ਬਾਅਦ ਨਵਜੋਤ ਸਿੱਧੂ ਦੇ ਆਉਣ ਤੋਂ ਉਸ ਵੇਲੇ ਮੀਡੀਆ ਨੇ ਕਿਸ ਕਿਸਮ ਦਾ ਬਲਾਸਟ ਕੀਤਾ,
ਔਰ ਉਹਨੂੰ ਜਿਹੜਾ ਹਾਲਾਂਕਿ ਉਹ ਸ਼ਿਵ ਭਗਤ ਹਿੰਦੂ ਤਵੀ ਬੋਏ ਜਿਹਨੂੰ ਖੁਦ ਵਾਜਪਾਈ ਲੈ ਕੇ ਆਇਆ, ਤਿੰਨ ਵਾਰ ਬੀਜੇਪੀ ਦੀ ਟਿਕਟ 'ਤੇ ਉਹ ਐੱਮ ਪੀ ਬਣਿਆ, ਔਰ ਹੁਣ ਵੀ ਮਤਲਬ ਉਹਨੇ ਇੱਕ ਸ਼ਿਵਲਿੰਗ ਪਟਿਆਲੇ ਰੱਖਿਆ ਹੋਇਆ, ਇੱਕ ਅੰਮ੍ਰਿਤਸਰ ਆਪਣੇ ਘਰ 'ਚ ਰੱਖਿਆ ਹੋਇਆ, ਦੋ ਪੰਡਤਾਂ ਨੂੰ ਉਹ ਪੂਰੀ ਰੈਗੂਲਰ ਤਨਖਾਹ ਦਿੰਦਾ ਜਿਹੜੀ ਸਵੇਰੇ ਸ਼ਾਮ ਪੂਜਾ ਕਰਦੇ ਨੇ। ਹੁਣ ਵੀ ਜਦੋਂ ਸ਼ਿਵਰਾਤਰੀ ਆਏਗੀ ਉਹ ਉਵੇਂ ਹੀ ਜਿਹੜਾ ਆਪਣੀ ਫੋਟੋ ਖਿਚਾਉਂਦਾ ਖਾਸ ਤੌਰ 'ਤੇ ਸ਼ਿਵ ਜੀ ਦੇ ਬੁੱਤ ਦੇ ਸਾਹਮਣੇ ਬੈਠ ਕੇ। ਸੋ ਮਤਲਬ ਇਸ ਲੈਵਲ ਦਾ ਬੰਦਾ ਵੀ ਜੇ ਉਸ ਇਸ ਗੱਲ ਨੂੰ ਉਹਨੇ ਕਰਤਾਰਪੁਰ ਲਾਂਘੇ ਦੀ ਗੱਲ ਦਾ ਮੈਨਸ਼ਨ ਹੀ ਕਰ ਦਿੱਤਾ ਤਾਂ ਹੁਣ ਤੁਸੀਂ ਦੇਖੋ ਵੀ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਉਹਨੂੰ ਟ੍ਰੇਟਰ, ਆਈ ਐੱਸ ਆਈ ਦਾ ਏਜੰਟ, ਪਾਕਿਸਤਾਨ ਦਾ ਇੰਟੈਲੀਜੈਂਸ ਟ੍ਰੈਪ, ਔਰ ਈਵਨ ਅੱਜ ਭਾਰਤ ਦੀ ਡਿਫੈਂਸ ਮਿਨਿਸਟਰ ਬੀਬੀ ਨਿਰਮਲਾ ਨੇ ਇਹ ਕਿਹਾ ਕਿ ਜੀ ਜਿਹੜਾ ਸਿੱਧੂ ਨੇ ਜੱਫੀ ਪਾਈ ਬਾਜਵੇ ਨੂੰ ਉਹਦੇ ਨਾਲ ਇੰਡੀਅਨ ਸੋਲਜਰ ਜਿਹੜੇ ਨੇ ਭਾਰਤੀ ਫੌਜੀ ਉਹ ਬੜੇ ਡੀਮੋਰਲਾਈਜ਼ ਹੋਏ ਨੇ ਔਰ ਇਹ ਬਿਲਕੁਲ ਉਹਦੀ ਪਾਪੂਲੈਰਿਟੀ ਇਹਦੇ ਨਾਲ ਖਤਮ ਹੋ ਗਈ ਹੈ। ਔਰ ਬੀਜੇਪੀ ਦੇ ਆਫੀਸ਼ੀਅਲ ਸਪੋਕਸਮੈਨ ਤਾਂ ਹੁਣ ਜਿਹੜੇ ਨੇ ਉਹ ਕਾਫੀ ਅੱਗੇ ਤੱਕ ਚਲੇ ਗਏ, ਮੈਂ ਉਹਨਾਂ ਨੂੰ ਡਿਸਕਸ ਕਰਾਂਗਾ। ਔਰ ਇਹ ਸਾਰੇ ਇਸ਼ੂ ਇਹਨੂੰ ਇੰਟੈਲੀਜੈਂਸ ਟ੍ਰੈਪ ਕਿਵੇਂ ਕਿਹਾ, ਇਹ ਤਿੰਨ ਚਾਰ ਸਟੋਰੀਜ਼ ਅੱਜ ਆਈਆਂ ਨੇ ਔਰ ਇਹਨਾਂ ਨੂੰ ਹੀ ਆਧਾਰ ਬਣਾ ਕੇ ਪਲੱਸ ਦਿੱਲੀ ਦੇ ਵਿੱਚ ਜਿਹੜਾ ਮੋਹਨ ਭਾਗਵਤ ਦੀ ਲੈਕਚਰ ਸੀਰੀਜ਼ ਦੇ ਨਾਂ ਥੱਲੇ ਜਿਵੇਂ ਝੂਠ ਪਰੋਸਿਆ ਜਾ ਰਿਹਾ, ਪਰ ਉਹਦੇ 'ਚ ਵੀ ਜਿਸ ਅੰਦਾਜ਼ 'ਚ ਸਿੱਖਾਂ ਨੂੰ ਗਾਲੀ ਗਲੋਚ ਕੀਤਾ ਜਾ ਰਿਹਾ ਹੈ, ਡਾਇਸਪੋਰਾ ਸਿੱਖਾਂ ਨੂੰ, ਔਰ ਮੈਨੂੰ ਇਹ ਲੱਗਦਾ ਕਿ ਇਹਨਾਂ ਦਾ ਇਨਫਾ ਜਾਂ ਇੰਗਲੈਂਡ ਦੀ ਇਹ ਖਬਰ ਕਲੀਅਰ ਤਾਂ ਨਹੀਂ ਹੋਈ, ਪਰ ਅੱਜ ਹੀ ਮੈਂ ਇਹ ਖਬਰ ਦੇਖੀ ਹੈ ਕਿ ਤਿੰਨ ਚਾਰ ਮੇਜਰ ਇੰਗਲੈਂਡ ਦੀਆਂ ਸਿਟੀਜ਼ ਜਿੱਥੇ ਸਿੱਖਾਂ ਦੀ ਸੰਘਣੀ ਵਸੋਂ ਹੈ, ਇੰਗਲੈਂਡ ਦੀਆਂ ਪੁਲਿਸ ਔਰ ਇੰਟੈਲੀਜੈਂਸ ਏਜੰਸੀਆਂ ਘਰਾਂ 'ਚ ਛਾਪੇ ਮਾਰ ਰਹੀਆਂ, ਔਰ ਇਹ ਕਿਹਾ ਜਾ ਰਿਹਾ ਕਿ ਜੀ ਉਹਨਾਂ ਨੂੰ ਜਿਹੜੇ ਕਿ ਭਾਰਤ ਦੇ ਵਿੱਚ ਐਕਸਟ੍ਰੀਮਿਜ਼ਮ ਔਰ ਦੂਸਰੇ ਆਈਡੀਆਜ਼ ਫੈਲਾ ਰਹੇ ਨੇ ਔਰ ਕਿਤੇ ਨਾ ਕਿਤੇ ਜਿਹੜੇ ਹੋਰ ਚੀਜ਼ਾਂ 'ਚ ਇਨਵੋਲਵ ਨੇ ਉਸ ਕੰਟੈਕਸਟ 'ਚ ਨੇ, ਔਰ ਸਿੱਖ ਫੈਡਰੇਸ਼ਨ ਯੂਕੇ ਨੇ ਹਰੀਡਲੀ ਆਪਣੀ ਪ੍ਰੈਸ ਰਿਲੀਜ਼ ਦਿੱਤੀ ਹੈ, ਉਹਨਾਂ ਨੇ ਕਿਹਾ ਕਿ ਭਾਈ ਇਹ ਲੱਗਦਾ ਹੈ ਕਿ ਇੰਡੀਅਨ ਇਨਫਲੂਐਂਸ ਖਾਸ ਤੌਰ 'ਤੇ ਅਜੇ ਦੋ ਦਿਨ ਪਹਿਲਾਂ ਹੀ ਸਿੱਖ ਫੈਡਰੇਸ਼ਨ ਯੂਕੇ ਦੀ ਸਿੱਖ ਕਨਵੈਨਸ਼ਨ ਬੜੀ ਸਫਲ ਰਹੀ, ਹਜ਼ਾਰਾਂ ਸਿੱਖਾਂ ਨੇ ਉਹਦੇ 'ਚ ਪਾਰਟੀਸਪੇਟ ਕੀਤਾ ਔਰ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਹੀ ਫੋਕਸ ਸੀ। ਸੋ ਉਹਨਾਂ ਨੇ ਸਿੱਖ ਫੈਡਰੇਸ਼ਨ ਦਾ ਕਹਿਣਾ ਕਿ ਇਸ ਤੋਂ ਇਕਦਮ ਬਾਅਦ ਇਹ ਜਿਹੜੀ ਹੈ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਨੇ, ਜਿਹੜਾ ਅਜੀਤ ਡੋਵਲ ਇੱਥੇ ਵਾਸ਼ਿੰਗਟਨ ਵੀ ਬੈਠਾ ਹੋਇਆ ਸੀ ਦੋ ਤਿੰਨ ਦਿਨ ਪਹਿਲਾਂ, ਪਤਾ ਨਹੀਂ ਚਲਾ ਗਿਆ ਕਿ ਕਿਵੇਂ ਇੱਥੇ ਕੀ ਚੰਨ ਚਾੜਨਗੇ, ਪਰ ਜ਼ਾਹਰ ਹੈ ਵੀ ਉਹਨਾਂ ਨੇ ਇੱਕ ਪਾਸੇ ਆਪਣੇ ਆਪ ਨੂੰ ਕਿ ਜੀ ਅਸੀਂ ਪੀਸਫੁੱਲ ਡੈਮੋਕਰੈਟਿਕ ਔਰ ਆਰ ਐੱਸ ਐੱਸ ਕਿਸੇ ਜਥੇਬੰਦੀ ਦਾ ਹਿੱਸਾ ਨਹੀਂ, ਜਿਵੇਂ ਉਹਨਾਂ ਨੇ ਸ਼ਿਕਾਗੋ 'ਚ ਜਿਹੜਾ ਉਹ ਤਿੰਨ ਰੋਜ਼ਾ ਵਰਲਡ ਹਿੰਦੂ ਕਾਂਗਰਸ ਕੀਤੀ, ਹੁਣ ਦਿੱਲੀ 'ਚ ਕੀਤਾ, ਆਉਣ ਵਾਲੇ ਪੀਰੀਅਡ 'ਚ ਹਰ ਸਟੇਟ 'ਚੋਂ ਇਸ ਕਿਸਮ ਦਾ ਜਿਹੜੀ ਹੈ ਮੱਕਰ ਮਾਰਨ ਵਾਲੀਆਂ ਜਿਹੜੀਆਂ ਕਾਨਫਰੰਸਾਂ ਕਰਨਗੇ, ਪਰ ਸਿੱਖਾਂ ਦੇ ਖਿਲਾਫ ਜਿਹੜਾ ਇਸ ਵੇਲੇ ਜਿਹਨੂੰ ਕਹਿੰਦੇ ਨੇ ਵੀ ਫੁੱਲ ਸਕੇਲ ਵਾਰ ਉਹਨਾਂ ਨੇ ਖੋਲ੍ਹ ਦਿੱਤੀ ਹੈ। ਔਰ ਇਹ ਕਰਤਾਰਪੁਰ ਕੋਰੀਡੋਰ ਦਾ ਸਾਡਾ ਇੱਕ ਸੈਗਮੈਂਟ ਜਿਹੜਾ ਇਹਦੇ 'ਤੇ ਸੀ ਜਿਹਦੇ 'ਚ ਮੈਂ ਇਹ ਕਿਹਾ ਸੀ ਕਿ ਕਰਤਾਰਪੁਰ ਕੋਰੀਡੋਰ ਵਿਲ ਨੈਵਰ ਐਵਰ ਕਮ ਇਨ ਟੂ ਐਗਜ਼ਿਸਟੈਂਸ, ਔਰ ਮੈਂ ਅੱਜ ਕੁਦਰਤੀ ਦੇਖ ਰਿਹਾ ਸੀ ਕਿ 1,80,000 ਤੋਂ ਜ਼ਿਆਦਾ ਵਿਊਅਰਸ ਨੇ ਯੂਟਿਊਬ ਦੇ ਉੱਤੇ ਉਸ ਨੂੰ ਵਾਚ ਕੀਤਾ, ਥੱਲੇ ਹਜ਼ਾਰਾਂ ਕਾਮੈਂਟ ਨੇ ਔਰ ਦੂਜੇ ਨੇ, ਕਿਉਂਕਿ ਉਹਦੇ 'ਚ ਇਹ ਇੰਡੀਅਨ ਫਰੇਮਵਰਕ ਕੀ ਹੈ ਮਾਈਂਡ ਦਾ, ਇਹਨਾਂ ਦੀ ਹਕੂਮਤ ਕਿਵੇਂ ਕੰਮ ਕਰ ਰਹੀ ਹੈ ਔਰ ਸਿੱਖ ਕਿਵੇਂ ਸ਼ੈਡੋਜ਼ ਦੇ ਪਿੱਛੇ ਦੌੜਦੇ ਨੇ। ਸਾਡੀ ਆਦਤ ਬਣ ਗਈ ਹੈ, ਸੁਭਾਅ ਬਣ ਗਿਆ ਵੀ ਅਸੀਂ ਜੇ ਪਰਛਾਵੇਂ ਦੇ ਪਿੱਛੇ, ਜਿਵੇਂ ਮ੍ਰਿਗ ਤ੍ਰਿਸ਼ਨਾ ਦਾ ਹਿਰਣ ਦਾ ਹੁੰਦਾ ਹੈ ਕਿ ਉਹ ਡੈਜ਼ਰਟ ਦੇ ਵਿੱਚ ਘੁੰਮਦਾ ਹੈ ਕਿ ਇੱਥੇ ਪਾਣੀ ਦਾ ਛੱਪੜ ਹੈ ਜਿੱਥੇ ਤੱਕ ਉਹਦੀ ਨਜ਼ਰ ਜਾਂਦੀ ਹੈ, ਉੱਥੇ ਪਹੁੰਚਦਾ ਉੱਥੇ ਕੁਛ ਨਹੀਂ ਹੁੰਦਾ, ਫਿਰ ਦੇਖਦਾ ਵੀ ਇੱਥੇ ਛੱਪੜ ਹੈ। ਔਰ ਇਸ ਬਾਰੇ ਜਦੋਂ ਅਸੀਂ ਪਿਛਲੇ ਦਿਨਾਂ 'ਚ ਦੇਖਦੇ ਹਾਂ
ਸਰਦਾਰ ਜਰਨੈਲ ਸਿੰਘ ਜਿਹੜੇ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ MLA ਵੀ ਰਹੇ ਔਰ ਜਦੋਂ ਪਿਛਲੀਆਂ ਅਸੈਂਬਲੀ ਚੋਣਾਂ ਵੇਲੇ ਕੇਜਰੀਵਾਲ ਨੇ ਉੱਥੋਂ ਰਿਜ਼ਾਈਨ ਕਰਵਾ ਕੇ ਬਾਦਲ ਦੇ ਬਰਾਬਰ ਖੜਾ ਕੀਤਾ ਔਰ ਇਸ ਵੇਲੇ ਉਹ ਪੰਜਾਬੀ ਸਾਹਿਤ ਅਕੈਡਮੀ ਦੇ ਡਿਪਟੀ ਚੇਅਰ ਨੇ ਦਿੱਲੀ 'ਚ ਉਹਨਾਂ ਦੀ ਇਸ ਦੇ ਉੱਤੇ ਸਟੇਟਮੈਂਟ ਸੀ ਦੋ ਦਿਨ ਪਹਿਲਾਂ ਕਿ ਕਰਤਾਰਪੁਰ ਲਾਂਘੇ ਦੇ ਮਾਮਲੇ 'ਚ ਪਾਕਿਸਤਾਨ ਨੇ ਨਹੀਂ ਉਹ ਤਾਂ ਇੰਡੀਆ ਨੇ ਸਟੈਂਡ ਲੈਣੇ ਕਿ ਵੀ ਤੁਸੀਂ ਕਿਉਂ ਨਹੀਂ ਤੁਸੀਂ ਸਿੱਖਾਂ ਦੇ ਜਜ਼ਬਿਆਂ ਦੀ ਨੁਮਾਇੰਦਗੀ ਕਰਦੇ ਆ ਇਹਨੂੰ ਗੱਲ ਨੂੰ ਅੱਗੇ ਤੋਰਦੇ ਸੋ ਅੱਜ ਉਹਨਾਂ ਨਾਲ ਮੇਰੀ ਗੱਲਬਾਤ ਹੋ ਰਹੀ ਸੀ ਅੱਜ 9:30 ਦੇ ਪ੍ਰੋਗਰਾਮ 'ਚ ਅਮਰਵੀਰ ਸਿੰਘ ਨਾਲ ਉਹ ਗੱਲਬਾਤ ਵੀ ਕਰਨਗੇ ਇਸ ਮੁੱਦੇ 'ਤੇ ਔਰ ਇਹ ਜਿਹੜੇ ਉੱਥੇ ਬੈਠੇ ਵੀ ਸਚਿਆਰੇ ਕਿਸਮ ਦੇ ਸਿੱਖ ਨੇ ਭਾਵੇਂ ਉਹ ਕਿਸੇ ਵੀ ਪਾਰਟੀ 'ਚ ਹੋਣ ਔਰ ਅਸੀਂ TV 84 ਦੀ ਇਹ ਇੱਕ ਪੋਲਿਸੀ ਹੈ ਕਿ ਵੀ ਜਿਹੜਾ ਵੀ ਗੱਲ ਪੰਥ ਦੀ ਕਰਦਾ ਸੱਚ ਦੀ ਕਰਦਾ ਪੰਜਾਬ ਦੇ ਹੱਕਾਂ ਦੀ ਕਰਦਾ ਔਰ ਜਿਸ ਦੇ ਵਿੱਚ ਕੋਈ ਜਿਹੜਾ ਉਹ ਬੇਈਮਾਨੀ ਨਹੀਂ ਲੁਕੀ ਹੋਈ ਅਸੀਂ ਉਹਨਾਂ ਨੂੰ ਇਹ ਪਲੈਟਫਾਰਮ ਦਿੰਦੇ ਔਰ ਇਸੇ ਹੀ ਪ੍ਰੋਗਰਾਮ 'ਚ ਜਿਹੜਾ TV 84 'ਤੇ ਸੁਖਪਾਲ ਖਹਿਰਾ ਵੀ ਗੱਲਬਾਤ ਕਰਦੇ ਨੇ ਡਾਕਟਰ ਧਰਮਵੀਰ ਗਾਂਧੀ ਵੀ ਜਿਹੜੇ ਨੇ ਅਕਸਰ ਸਾਡੇ TV 84 ਦੇ ਜਿਹੜੇ ਨੇ ਉਹ ਗੈਸਟ ਹੁੰਦੇ ਨੇ ਇਸੇ ਤਰੀਕੇ ਨਾਲ ਸ਼ਸ਼ੀਕਾਂਤ ਡਾਇਰੈਕਟਰ ਜਨਰਲ ਪ੍ਰਿਜ਼ਨ ਔਰ ਬਾਕੀ ਸਾਰੇ ਹੀ ਆਪਣੀਆਂ ਅੱਡ ਧਿਰਾਂ ਦੇ ਈਵਨ ਬਾਦਲ ਦਲ 'ਚ ਵੀ ਜੇ ਕਿਸੇ ਨੇ ਬੀਬੀ ਕਰਨਜੋਤ ਕੌਰ ਹੈ ਜਾਂ ਇਸ ਤੋਂ ਇਲਾਵਾ ਕਰਨੈਲ ਸਿੰਘ ਪੰਜੋਲੀ ਨੇ ਉਹਨਾਂ ਨੇ ਜਦੋਂ ਇਸ ਮੁੱਦੇ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ 'ਤੇ ਲਾਈਨ ਲਈ ਅਤੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੋ ਲੇਕਿਨ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇੱਕ ਵੱਡਾ ਤਬਕਾ ਜਿਹੜਾ ਕਿ ਇਸ ਪ੍ਰੋਪੇਗੈਂਡੇ ਨੂੰ ਜਿਹੜਾ ਇਲੈਕਟ੍ਰੋਨਿਕ ਮੀਡੀਆ 'ਤੇ ਹੁੰਦਾ ਅਦਰ ਵੇ ਅਰਾਊਂਡ ਹੁੰਦਾ ਉਸ ਦਾ ਅਸਰ ਕਬੂਲਦੇ ਨੇ ਔਰ ਇਹ ਜਿਹੜਾ ਸਾਰਾ ਕੁਛ ਹੈ ਇਸ 'ਤੇ ਹੀ ਬੇਸਡ ਅੱਜ ਸਾਨੂੰ ਭੈਣ ਜੀ ਅਮਨਜੋਤ ਕੌਰ ਦੀ ਇੱਕ ਲਿਖਤ ਮਿਲੀ ਹੈ ਔਰ ਉਹਦੇ 'ਚ ਉਹਨਾਂ ਨੇ ਇਹ ਸਾਰੇ ਨੂੰ ਸਮਅਪ ਕੀਤਾ ਹੈ ਇਹ ਠੀਕ ਹੈ ਮੇਰੇ ਇੱਕ ਵੀਰ ਨੇ ਇੱਕ ਵਾਰ ਕਿਹਾ ਵੀ ਕਿ ਕਈ ਵਾਰ ਇਹ ਲੱਗਦਾ ਵੀ ਇੱਕ ਸੈਗਮੈਂਟ ਤੁਸੀਂ ਬੀਬੀ ਅਮਨਜੋਤ ਕੌਰ ਦੀ ਲਿਖਤ ਦੇ ਹਵਾਲੇ ਕਰ ਦਿੰਦੇ ਹੋ ਵੀ ਬਾਕੀ ਮੈਂ ਕਿਹਾ ਜੀ ਉਹ ਇਕੱਲੀ ਲਿਖਤ ਨਹੀਂ ਹੁੰਦੀ ਲਿਖਤ ਨਹੀਂ ਹੁੰਦੀ ਕਾਫੀ ਜਾਣਕਾਰੀ ਉਹ ਆਪਣੇ ਆਪ ਦੇ ਵਿੱਚ ਇੱਕ ਸਬਜੈਕਟ ਹੁੰਦਾ ਹੈ ਔਰ ਜਿੰਨੀ ਮਿਹਨਤ ਦੇ ਨਾਲ ਉਹਨਾਂ ਨੇ ਸਾਰੇ ਜਿਹੜੇ ਨੇ ਪ੍ਰੋਪਰ ਸੋਰਸ ਲੱਭੇ ਹੁੰਦੇ ਨੇ ਅਸੀਂ ਵੀ ਕਈ ਵਾਰ ਟੱਪਰਾ ਖਾ ਜਾਂਦੇ ਹਾਂ ਕਿਉਂਕਿ ਫੇਸਬੁੱਕ ਤੇ ਅੱਜ ਕੱਲ੍ਹ ਬਹੁਤ ਸਾਰੀ ਜਿਹੜੀ ਹੈ ਉਹ ਵਟਸਐਪ ਯੂਨੀਵਰਸਿਟੀ ਦੀਆਂ ਬਣੀਆਂ ਖ਼ਬਰਾਂ ਜਿਹੜੀਆਂ ਨੇ ਫੇਕ ਆ ਜਾਂਦੀਆਂ ਨੇ ਸਾਡੇ ਕੋਲ ਕਈ ਵਾਰੀ ਵਕਤ ਵੀ ਨਹੀਂ ਹੁੰਦਾ ਕਈ ਵਾਰੀ ਹਰ ਚੀਜ਼ ਦਾ ਇੱਕ ਆਪਣਾ ਟੈਲੈਂਟ ਵੀ ਹੁੰਦਾ ਔਰ ਜਿਸ ਅੰਦਾਜ਼ 'ਚ ਉਹਨਾਂ ਦੀ ਸਰਚ ਹੁੰਦੀ ਹੈ ਉਸ ਨੂੰ ਕੋਈ ਕੁਐਸਚਨ ਨਹੀਂ ਕਰ ਸਕਦਾ ਕਿਉਂਕਿ ਉਹ ਜਸਟ ਸੁਣੀ ਸੁਣਾਈ ਜਾਂ ਵਟਸਐਪ ਯੂਨੀਵਰਸਿਟੀ ਦੀ ਖ਼ਬਰ 'ਤੇ ਆਧਾਰਿਤ ਨਹੀਂ ਹੁੰਦਾ ਮੈਂ ਉਸ ਨੂੰ ਕਿਉਂਕਿ ਉਹਦੇ 'ਚ ਉਹਨਾਂ ਨੇ ਸਾਰੇ ਮੁੱਦੇ ਨੂੰ ਹੀ ਕਿ ਕਰਤਾਰਪੁਰ ਕੋਰੀਡੋਰ ਦੇ ਹਵਾਲੇ ਨਾਲ ਕਿਵੇਂ ਇਹਨਾਂ ਨੇ ਸਾਰੀ ਇੱਕ ਐਂਟਾਈ ਸਿੱਖ ਕ੍ਰੀਏਟ ਕੀਤੀ ਹੈ ਫਿਜ਼ਾ ਬਣਾ ਦਿੱਤੀ ਹੈ ਔਰ ਇਹ ਜਿਹੜੀਆਂ ਖ਼ਬਰਾਂ ਮੈਂ ਤਿੰਨ ਦਾ ਜ਼ਿਕਰ ਕੀਤਾ ਇਹ ਮੈਂ ਕੁਇਕਲੀ ਜ਼ਰੂਰ ਸਾਂਝੀਆਂ ਕਰਨਾ ਚਾਹੁੰਦਾ ਨਵਜੋਤ ਸਿੱਧੂ ਇਜ਼ ਲਾਈਕ ਏ ਪਾਕਿਸਤਾਨੀ ਏਜੰਟ BJP ਹੁਣ ਇਹ BJP ਨੇ ਸਿੱਧਾ ਜਿਹੜਾ ਕੱਲ੍ਹ ਤੱਕ 3 ਟਾਈਮਸ ਉਹਨਾਂ ਦਾ MP ਸੀ ਜਿਹਨੂੰ ਉਹ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਸੀ ਪਰ ਕਿਉਂਕਿ ਬਾਦਲਾਂ ਨੂੰ ਪਸੰਦ ਨਹੀਂ ਸੀ ਔਰ ਇਵੈਂਚੁਅਲੀ ਸਿੱਧੂ ਉੱਥੋਂ ਨਿਕਲ ਕੇ ਕਾਂਗਰਸ 'ਚ ਆ ਵੜਿਆ BJP ਟੂਡੇ ਐਕਿਊਜ਼ਡ ਕਾਂਗਰਸ ਲੀਡਰ ਨਵਜੋਤ ਸਿੰਘ ਸਿੱਧੂ ਆਫ ਇਨਸਲਟਿੰਗ ਇੰਡੀਆ ਬਾਈ ਐਮਬਰੇਸਿੰਗ ਪਾਕਿਸਤਾਨੀ ਆਰਮੀ ਚੀਫ ਜਾਵੇਦ ਬਾਜਵਾ ਐਂਡ ਕਾਲਿੰਗ ਔਨ ਹਿਮ ਐਜ਼ ਏ ਪਾਕਿਸਤਾਨੀ ਏਜੰਟ ਫਾਰ ਟਰਾਇੰਗ ਟੂ ਮਿਸਲੀਡ ਦਾ ਕੰਟਰੀ ਅਬਾਊਟ ਦਾ ਕਰਤਾਰਪੁਰ ਕੋਰੀਡੋਰ BJP ਸੈਡ ਸਿੱਧੂ ਹੈਜ਼ ਲਾਈਡ ਦੈਟ ਪਾਕਿਸਤਾਨ ਇਜ਼ ਰੈਡੀ ਟੂ ਅਲਾਓ ਸਿੱਖਸ ਟੂ ਐਕਸੈਸ ਦਾ ਗੁਰਦੁਆਰਾ ਇਨ ਦੈਟ ਏਰੀਆ ਇਹ ਪ੍ਰੈਸ ਇਹ BJP ਦਾ ਸਪੋਕਸਪਰਸਨ ਕਹਿ ਰਿਹਾ BJP ਸਪੋਕਸਪਰਸਨ ਸੰਜੀਤ ਪਾਤਰਾ ਉਹਨੇ ਕਿਹਾ ਕਿ ਜੀ ਇਹ ਬਿਲਕੁਲ ਝੂਠ ਬੋਲਿਆ ਇਹਨੇ ਜਿਹੜਾ ਇਹ ਪਾਕਿਸਤਾਨ ਜਾ ਕੇ ਉਸ ਨੂੰ ਜਿਹੜਾ ਇਹ ਗਦਾਰੀ ਕੀਤੀ ਹੈ ਕੰਟਰੀ ਨੂੰ ਮਿਸਲੀਡ ਕੀਤਾ
ਔਰ ਸੰਜੀਤ ਪਾਤਰਾ ਨੇ ਕਾਂਗਰਸ ਪ੍ਰੈਜ਼ੀਡੈਂਟ ਰਾਹੁਲ ਗਾਂਧੀ ਨੂੰ ਕਿਹਾ ਰਾਹੁਲ ਗਾਂਧੀ ਸ਼ੁੱਡ ਆਨਸਰ ਔਨ ਦਿਸ ਇਸ਼ੂ। ਮਤਲਬ ਹੁਣ ਇਕੱਲਾ ਨਵਜੋਤ ਸਿੱਧੂ ਨਹੀਂ ਕਿ ਰਾਹੁਲ ਗਾਂਧੀ ਦੀ ਪਾਰਟੀ ਦਾ ਬਈ ਆਨਸਰ ਕਰੇ, ਦੇ ਸ਼ੁੱਡ ਟੈਲ ਦੈਟ ਸਿੱਧੂ ਇਜ਼ ਸਪੀਕਿੰਗ ਵਿਦ ਇਜ਼ ਕੰਸੈਂਟ ਔਨ ਦਿਸ ਮੈਟਰ ਬਿਕੋਜ਼ ਪੰਜਾਬ ਚੀਫ ਮਿਨਿਸਟਰ ਅਮਰਿੰਦਰ ਸਿੰਘ ਹੈਜ਼ ਆਲਰੇਡੀ ਕੰਡੈਮਡ ਸਿੱਧੂ। ਹੁਣ ਇਹਨੂੰ ਕਹਿੰਦੇ ਨੇ ਕਿ ਵੀ ਡਿਵਾਈਡ, ਕਿ ਅਮਰਿੰਦਰ ਨੇ ਤਾਂ ਕ੍ਰਿਟੀਸਾਈਜ਼ ਕੀਤਾ ਔਰ ਹੁਣ ਰਾਹੁਲ ਦੱਸੇ ਕਿ ਉਹ ਸਿੱਧੂ ਦੇ ਨਾਲ ਹੈ ਕਿ ਅਮਰਿੰਦਰ ਦੇ ਨਾਲ ਹੈ। ਪਾਤਰਾ ਬਲੇਮਡ ਸਿੱਧੂ ਫਾਰ ਮੀਟਿੰਗ ਫੋਰਨ ਮਿਨਿਸਟਰ ਸੁਸ਼ਮਾ ਸਵਰਾਜ ਰੋਂਗਲੀ ਬਿਕੋਜ਼ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਹੈਡ ਗਿਵਨ ਏ ਕਲੀਨ ਚਿੱਟ ਟੂ ਫਾਰਮਰ ਯੂਨੀਅਨ ਮਿਨਿਸਟਰ ਐਮ ਐਸ ਨਾਇਡੂ। ਗਿੱਲ ਹੈਡ ਗਿਵਨ ਟਾਈਮ ਟੂ ਮੀਟ ਬਟ ਸਿੱਧੂ ਕੇਮ ਟੂ ਮੀਟ ਹਿਮ ਅਲੋਂਗ ਵਿਦ ਹਿਮ। ਹੁਣ ਈਵਨ ਜਿਹੜੀ ਸੁਸ਼ਮਾ ਸਵਰਾਜ ਦੇ ਨਾਲ ਮੀਟਿੰਗ ਕੀਤੀ ਜਿਹਦੇ 'ਚ ਉਹਨੇ ਪਹਿਲਾਂ ਉਹਨੇ ਲੈਟਰ ਲਿਖਿਆ ਸੀ ਸਿੱਧੂ ਨੇ, ਫਿਰ ਉਹਨੇ ਕਿਹਾ ਸਿੱਧੂ ਨੇ ਕਿਹਾ ਜੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਜੀ ਅਸੀਂ ਆਲਰੇਡੀ ਇਹਦਾ ਕੇਸ ਜਿਹੜਾ ਉਹ ਭੇਜ ਦਿੱਤੇ। ਔਰ ਉਹਨੇ ਸਿੱਧੂ ਦੇ ਨਾਲ ਜਦੋਂ ਸੁਸ਼ਮਾ ਸਵਰਾਜ ਨੂੰ ਮਿਲਿਆ, ਮਨੋਹਰ ਸਿੰਘ ਗਿੱਲ ਜਿਹੜਾ ਚੀਫ ਇਲੈਕਸ਼ਨ ਕਮਿਸ਼ਨਰ ਵੀ ਰਿਹਾ, ਰਾਜ ਸਭਾ ਦਾ ਮੈਂਬਰ ਵੀ ਰਿਹਾ, ਸਪੋਰਟਸ ਮਿਨਿਸਟਰ ਵੀ ਰਿਹਾ, ਔਰ ਮਨੋਹਰ ਸਿੰਘ ਗਿੱਲ ਨੇ ਆਪਣੇ ਪੀਰੀਅਡ 'ਚ ਵੀ ਕਰਤਾਰਪੁਰ ਕੋਰੀਡੋਰ ਦੇ ਇਸ਼ੂ ਨੂੰ ਚੁੱਕਿਆ ਸੀ। ਸੋ ਮਨੋਹਰ ਸਿੰਘ ਗਿੱਲ ਦੇ ਨਾਲ ਹੀ ਨਵਜੋਤ ਸਿੱਧੂ ਵੀ ਗਿਆ। ਹੁਣ ਇਹ ਇੱਕ ਪਾਤਰਾ ਕਹਿ ਰਿਹਾ ਕਿ ਵੀ ਇਹ ਜਿਹੜਾ ਉਹਨੂੰ ਮਿਲਣ ਰਹੀ ਤਾਂ ਮਨੋਹਰ ਸਿੰਘ ਗਿੱਲ ਨੂੰ ਟਾਈਮ ਦਿੱਤਾ ਸੀ, ਇਹ ਕਿਵੇਂ ਵੀ ਜਾ ਕੇ ਵਿੱਚ ਮਿਲਾ ਹੈ। ਬੀਜੇਪੀ ਸਪੋਕਸਪਰਸਨ ਸੈਡ ਦਾ ਸਵਰਾਜ ਰਿਬਿਊਕਡ ਸਿੱਧੂ ਫਾਰ ਇਜ਼ ਕੰਡਕਟ ਇਨ ਪਾਕਿਸਤਾਨ ਐਟ ਇਜ਼ ਮੀਟਿੰਗ। ਇਹੀ ਗੱਲ ਹਰਸਿਮਰਤ ਨੇ ਕਹੀ ਹੈ, ਔਰ ਕੱਲ੍ਹ ਅਸੀਂ ਕਿਹਾ ਸੀ ਵੀ ਹਰਸਿਮਰਤ ਉਹਦੇ ਘਰ ਝਾੜੂ ਪੋਚਾ ਕਰਦੀ ਹੈ ਕਿ ਭਾਂਡੇ ਮਾਂਜਦੀ ਹੈ, ਵੀ ਉਹਨੇ ਸੁਸ਼ਮਾ ਸਵਰਾਜ ਨੇ ਉਹਦੇ ਕੰਨ 'ਚ ਕਿਹਾ। ਸੋ ਜ਼ਾਹਰ ਹੈ ਵੀ ਇਹ ਬੀਜੇਪੀ ਹੋਏ, ਇਹ ਦੂਸਰੇ ਹੋਣ, ਅਕਾਲੀ ਹਰਸਿਮਰਤ ਹੋਏ, ਇਹ ਕਲੈਕਟਿਵਲੀ, ਇਹ ਗੱਲ ਸਿੱਧੂ ਦੀ ਨਹੀਂ ਹੈ, ਜਿਵੇਂ ਮੈਂ ਕਿਹਾ ਵੀ ਸਿੱਧੂ ਸਮਾਲ ਫਰਾਈ ਹੈ, ਇਹ ਸਿੱਖਾਂ ਦੇ ਉੱਤੇ ਅਟੈਕ ਹੈ। ਇਹ ਗੁਰੂ ਨਾਨਕ ਸਾਹਿਬ ਦੇ 500 ਸਾਲਾ ਪ੍ਰਕਾਸ਼ ਪੁਰਬ ਸੈਲੀਬ੍ਰੇਸ਼ਨਸ ਨੂੰ ਡਿਸਟਰੋਏ ਕਰਨਾ ਹੈ। ਇਹ ਜਿਹੜੀ ਗੁੱਡਵਿਲ ਜੈਸਚਰ ਪਾਕਿਸਤਾਨ ਦੀ ਹਕੂਮਤ ਵੱਲੋਂ ਹੈ, ਉਸ ਨੂੰ ਖਰਾਬ ਕਰਨਾ ਹੈ। ਔਰ ਇਸ ਸਾਰੇ ਦੇ ਨਾਲ ਜਿਹੜੀ ਹੈ ਡਿਫੈਂਸ ਮਿਨਿਸਟਰ ਨਿਰਮਲਾ ਸੀਤਾਰਾਮ ਨੇ ਵੀ ਇਹਦੇ 'ਚ ਕਿਹਾ, ਸੈਡ ਔਨ ਟਿਊਜ਼ਡੇ ਦੈਟ ਸਿੱਧੂ ਹੈਜ਼ ਗਿਵਨ ਏ ਰੋਂਗ ਸਿਗਨਲ ਬਾਈ ਐਮਬਰੇਸਿੰਗ ਦਾ ਹੈਡ ਆਫ ਪਾਕਿਸਤਾਨ ਆਰਮੀ ਐਂਡ ਹੈਡ ਸੈਡ ਦੈਟ ਮਿਨਿਸਟਰ ਆਫ ਪੰਜਾਬ ਸ਼ੁੱਡ ਹੈਵ ਅਵੋਇਡਡ ਡੂਇੰਗ ਸੋ। ਉਹਨੇ ਕਿਹਾ ਜੀ ਉਹਨੂੰ ਨਹੀਂ ਸੀ ਕਰਨਾ ਚਾਹੀਦਾ, ਇਹ ਬੜਾ ਰੋਂਗ ਸਿਗਨਲ ਦਿੱਤਾ। ਔਰ ਇਕੱਲਾ ਇਹੀ ਨਹੀਂ, ਹੁਣ ਇੱਕ ਕਦਮ ਅੱਗੇ ਜਾ ਕੇ ਜਿਹੜੀ ਦੂਸਰੀ ਸਟੋਰੀ ਹੈ, ਸਿੱਧੂਜ਼ ਐਕਟ ਆਫ ਹਗਿੰਗ ਬਾਜਵਾ ਡੀਮੋਰਲਾਈਜ਼ਡ ਇੰਡੀਅਨ ਸੋਲਜਰਸ ਇੰਡੀਅਨ ਡਿਫੈਂਸ ਮਿਨਿਸਟਰ। ਔਰ ਇਹ ਜਿਹੜੀ ਹੈ ਮਿਨਿਸਟਰ ਆਫ ਭਾਰਤੀ ਜਨਤਾ ਪਾਰਟੀ ਕੰਟੀਨਿਊ ਟੂ ਕ੍ਰਿਟੀਸਾਈਜ਼ ਪੰਜਾਬ ਮਿਨਿਸਟਰ ਨਵਜੋਤ ਸਿੱਧੂ ਓਵਰ ਲਾਸਟ ਮੰਥ ਵਿਜ਼ਿਟ ਟੂ ਪਾਕਿਸਤਾਨ ਵੇਅਰ ਹੀ ਵਾਜ਼ ਕਾਟ ਔਨ ਕੈਮਰਾ ਹਗਿੰਗ ਦਾ ਕੰਟਰੀਜ਼ ਆਰਮੀ ਜਨਰਲ ਕਮਰ ਜਾਵੇਦ ਬਾਜਵਾ। ਡਿਫੈਂਸ ਮਿਨਿਸਟਰ ਨਿਰਮਲਾ ਸੀਤਾਰਮਨ ਸੈਡ ਔਨ ਟਿਊਜ਼ਡੇ ਦੈਟ ਸਿੱਧੂਜ਼ ਪਾਪੂਲੈਰਿਟੀ ਮੇਡ ਹਿਜ਼ ਐਕਸ਼ਨ ਸਿਗਨੀਫਿਕੈਂਟਲੀ ਵਰਸਟ, ਕਿ ਉਹ ਬੜਾ ਮਸ਼ਹੂਰ ਸੀ ਔਰ ਇਹ ਐਕਸ਼ਨ ਬਹੁਤ ਉਹਨੇ ਗਲਤ ਕੀਤਾ। ਆਈ ਸਪੀਕ ਐਜ਼ ਰਕਸ਼ਾ ਮੰਤਰੀ ਹੈਂਸ ਵਿਦ ਡਬਲ ਰਿਸਪੋਂਸੀਬਿਲਿਟੀ। ਉਹਨੇ ਕਿਹਾ ਵੀ ਕੋਈ ਇਹ ਨਾ ਕਿਹਾ ਜੀ ਮੈਨੂੰ ਮਿਸਕੋਟ ਕੇ, ਮੈਂ ਪੂਰੀ ਰਿਸਪੋਂਸੀਬਿਲਿਟੀ ਨਾਲ ਕਹਿ ਰਹੀ ਹਾਂ ਕਿ ਸਿੱਧੂ ਸ਼ੁੱਡ ਹੈਵ ਅਵੋਇਡਡ ਦੈਟ ਸਿੰਗੂਲਰ ਜੈਸਚਰ ਆਫ ਹਗਿੰਗ ਦਾ ਆਰਮੀ ਚੀਫ, ਹੀ ਇਜ਼ ਪਾਪੂਲਰ, ਹਿਜ਼ ਐਕਸ਼ਨ ਹੈਜ਼ ਡੀਮੋਰਲਾਈਜ਼ਡ ਸੋਲਜਰਸ ਐਂਡ ਪੀਪਲ। ਉਹਨੇ ਕਿਹਾ ਜੀ ਉਹਨੂੰ ਬਿਲਕੁਲ ਨਹੀਂ ਸੀ ਕਰਨਾ ਚਾਹੀਦਾ, ਇਹਦੇ ਨਾਲ ਜਿਹੜੇ ਫੌਜੀ ਨੇ ਉਹਨਾਂ ਦਾ ਹੌਸਲਾ ਬਹੁਤ ਪਸਤ ਹੋਇਆ ਔਰ ਲੋਕਾਂ ਦਾ ਵੀ ਹੋਇਆ। ਔਰ ਗੱਲ ਹੁਣ ਇੱਥੋਂ ਤੱਕ ਨਹੀਂ ਹੈ ਕਿ ਇਹਨਾਂ ਨੇ ਕੰਡੈਮ ਤਾਂ ਕੀਤਾ, ਇੱਕ ਸਟੋਰੀ ਕਰਤਾਰਪੁਰ ਕੋਰੀਡੋਰ ਨਵਜੋਤ ਸਿੱਧੂ ਫੈਲ ਫਾਰ ਪਾਕਿਸਤਾਨ ਟ੍ਰੈਪ ਇੰਟੈਲ ਨੋਟ ਰਿਵੀਲਸ ਕੰਸਪੀਰੇਸੀ ਡੀਟੇਲ। ਉਹਨਾਂ ਨੇ ਇਹ ਹੁਣ ਇੰਟੈਲੀਜੈਂਸ ਏਜੰਸੀਆਂ ਦੀ ਰਿਪੋਰਟ ਵੀ ਜਿਹੜੀ ਹੈ ਇਹ ਕੋਟ ਕੀਤੀ ਹੈ ਟਾਈਮਸ ਨਾਓ ਨਿਊਜ਼ ਨੇ। ਉਹਨਾਂ ਨੇ ਕਿਹਾ ਦਾ ਡੈਮਿੰਗ ਲੈਟਰ
ਬਾਈ ਦਾ ਇੰਟੈਲੀਜੈਂਸ ਏਜੰਸੀਜ਼ ਐਕਸੈਸਡ ਬਾਈ ਟਾਈਮਸ ਨਾਓ ਐਕਸਪੋਜ਼ਿਸ ਵਾਈ ਪਾਕਿਸਤਾਨ ਮਾਈਟ ਬੀ ਈਗਰ ਟੂ ਓਪਨ ਏ ਕੋਰੀਡੋਰ ਟੂ ਕਰਤਾਰਪੁਰ ਸਾਹਿਬ ਗੁਰਦੁਆਰਾ ਔਨ ਗੁਰੂ ਨਾਨਕ ਜਯੰਤੀ ਐਜ਼ ਕਲੇਮਡ ਬਾਈ ਨਵਜੋਤ ਸਿੱਧੂ। ਹੁਣ ਇਹ ਉਹਨਾਂ ਨੇ ਵਨ ਸਟੈਪ ਅੱਗੇ ਕਿ ਇਹਨੂੰ ਬਿਲਕੁਲ ਬਲੋਕ ਕਰਨਾ ਕਿ ਕੋਰੀਡੋਰ ਦੀ ਗੱਲ ਵੀ ਸਿੱਖ ਨਾ ਕਰਨ। ਜੇ ਕਰਨਗੇ ਤਾਂ ਮਤਲਬ ਹੋਏਗਾ ਕਿ ਉਹ ਪਾਕਿਸਤਾਨੀ ਇੰਟੈਲੀਜੈਂਸ ਏਜੰਸੀਆਂ ਦੀ ਗੇਮ ਖੇਡ ਰਹੇ ਨੇ। ਹੁਣ ਇਹ ਪੁੱਛ ਰਹੇ ਨੇ ਵੀ ਇੰਟੈਲੀਜੈਂਸ ਏਜੰਸੀਆਂ ਨੇ ਇਹ ਬੜਾ ਖੁਫੀਆ ਨੋਟ ਲਿਖਿਆ ਜਿਹੜਾ ਇਹ ਟਾਈਮਜ਼ ਨਾ ਹੋਏ ਬੀਜੇਪੀ ਦਾ ਹੀ ਮਾਊਥ ਪੀਸ ਹੈ ਕਿ ਉਹਨਾਂ ਨੇ ਐਕਸੈਸ ਕੀਤਾ ਕਿ ਪਾਕਿਸਤਾਨ ਕਿਉਂ ਖੋਲ੍ਹਣਾ ਚਾਹੁੰਦਾ। ਉਹਨਾਂ ਨੇ ਕਿਹਾ ਨਿਊ ਦਿੱਲੀ ਪੰਜਾਬ ਮਿਨਿਸਟਰ ਐਂਡ ਕਾਂਗਰਸ ਲੀਡਰ ਨਵਜੋਤ ਸਿੱਧੂ ਐਂਡ ਯੂਨੀਅਨ ਮਿਨਿਸਟਰ ਹਰਸਿਮਰਤ ਬਾਦਲ ਆਰ ਇਨਵੋਲਵਡ ਇਨ ਏ ਵਾਰ ਆਫ ਵਰਡਸ ਓਵਰ ਦਾ ਫਾਰਮਰਸ ਰੀਸੈਂਟ ਵਿਜ਼ਿਟ ਟੂ ਪਾਕਿਸਤਾਨ ਐਂਡ ਹਿਜ਼ ਕਲੇਮ ਦੈਟ ਦਾ ਨੇਬਰਿੰਗ ਕੰਟਰੀ ਵਾਜ਼ ਰੈਡੀ ਟੂ ਓਪਨ ਦਾ ਕਰਤਾਰਪੁਰ ਸਾਹਿਬ ਕੋਰੀਡੋਰ ਫਾਰ ਇੰਡੀਅਨ ਸਿੱਖ ਪਿਲਗ੍ਰਿਮ। ਹਾਊਐਵਰ ਇਹ ਨੋਟ ਐਕਸੈਸਡ ਬਾਈ ਟਾਈਮਜ਼ ਨਾਓ ਰਿਵੀਲਸ ਦੈਟ ਸਿੱਧੂ ਮਾਈਟ ਹੈਵ ਫਾਲਨ ਇਨ ਟੂ ਪਾਕਿਸਤਾਨ ਟ੍ਰੈਪ। ਇੰਡੀਅਨ ਇੰਟੈਲੀਜੈਂਸ ਏਜੰਸੀਆਂ ਕਹਿੰਦੀਆਂ ਨੇ ਕਿ ਸਿੱਧੂ ਪਾਕਿਸਤਾਨ ਦੇ ਟ੍ਰੈਪ ਦੇ ਵਿੱਚ ਫਸ ਗਿਆ। ਦਾ ਡੈਮਨਿੰਗ ਲੈਟਰ ਬਾਈ ਇੰਟੈਲੀਜੈਂਸ ਏਜੰਸੀਜ਼ ਐਕਸੈਸਡ ਬਾਈ ਟਾਈਮਜ਼ ਨਾਓ ਐਕਸਪੋਜ਼ਿਸ ਵਾਈ ਪਾਕਿਸਤਾਨ ਮਾਈਟ ਬੀ ਈਗਰ ਟੂ ਓਪਨ ਏ ਕੋਰੀਡੋਰ ਟੂ ਕਰਤਾਰਪੁਰ ਸਾਹਿਬ ਗੁਰਦੁਆਰਾ ਵਿਚ ਇਜ਼ ਐਨ ਆਈਕੋਨਿਕ ਸਿੱਖ ਪਿਲਗ੍ਰਿਮੇਜ 120 ਕਿਲੋਮੀਟਰ ਫਰੋਮ ਲਾਹੌਰ ਔਨ ਦਾ ਬਰਥ ਐਨੀਵਰਸਰੀ ਆਫ ਗੁਰੂ ਨਾਨਕ। ਦਾ ਨੋਟ ਐਲੈਜਿਸ ਹੁਣ ਤੁਸੀਂ ਨੈਕਸਟ ਏਜੰਸੀਆਂ ਦੀ ਖੇਡ ਦੇਖੋ ਕਿ ਉੱਥੇ ਕਿਉਂ ਇਹ ਬਲੋਕ ਕਰਨਗੇ ਸਾਰੇ ਮੂਵ ਨੂੰ। ਦਾ ਨੋਟ ਐਲੈਜਿਸ ਦੈਟ ਇਜ਼ ਸਪੋਜ਼ਡ ਪ੍ਰੋ ਖਾਲਿਸਤਾਨੀ ਆਊਟਫਿਟ ਸਿੱਖਸ ਫਾਰ ਜਸਟਿਸ ਵਿਚ ਸਪੋਰਟਸ ਪੰਜਾਬ ਸੈਸੈਸ਼ਨ ਫਰੋਮ ਇੰਡੀਆ ਇਜ਼ ਪਲੈਨਿੰਗ ਟੂ ਬ੍ਰੇਨ ਵਾਸ਼ ਇੰਡੀਅਨ ਸਿੱਖਸ ਹੂ ਵਿਜ਼ਿਟ ਕਰਤਾਰਪੁਰ ਫਾਰ ਗੁਰੂ ਨਾਨਕ ਜਯੰਤੀ। ਉਹ ਕਹਿੰਦੇ ਵੀ ਜਿਹੜੇ ਇਹ ਗੁਰੂ ਨਾਨਕ ਸਾਹਿਬ ਦੇ 550 ਇਹ ਇੰਟੈਲੀਜੈਂਸ ਨੂੰ ਬਰੀਫ ਕੀਤਾ ਜੀ ਇਹ ਜਿਹੜੀ ਸਿੱਖ ਫਾਰ ਜਸਟਿਸ ਹੈ ਜਿਹੜੇ ਇੰਡੀਆ ਤੋਂ ਸਿੱਖ ਜਾਣਗੇ ਉਹਨਾਂ ਦਾ ਦਿਮਾਗ ਧੋ ਦੇਣਗੇ ਉਹਨਾਂ ਦੇ ਦਿਮਾਗਾਂ 'ਚ ਖਾਲਿਸਤਾਨ ਭਰ ਕੇ ਭੇਜਣਗੇ ਅਤੇ ਸਾਨੂੰ ਫਿਰ ਓਪਰੇਸ਼ਨ ਕਰਕੇ ਕੱਢਣਾ ਪਏਗਾ। ਖਾਲਿਸਤਾਨ ਇੰਨੇ ਸਰਜਨ ਸਾਡੇ ਕੋਲ ਨਹੀਂ ਹੈਗੇ ਕਿ ਅਸੀਂ ਦਿਮਾਗਾਂ 'ਚੋਂ ਸਿੱਖਾਂ ਦੇ ਖਾਲਿਸਤਾਨ ਕੱਢੀਏ। ਸਿੱਧੂ ਹੂ ਹੈਡ ਗੋਨ ਟੂ ਇਸਲਾਮਾਬਾਦ ਟੂ ਅਟੈਂਡ ਨਿਊਲੀ ਇਲੈਕਟਿਡ ਪਾਕਿਸਤਾਨੀ PM ਇਮਰਾਨ ਖਾਨ ਸਵੀਅਰਿੰਗ ਇਨ ਸੈਰੇਮਨੀ ਫੇਸਡ ਹਾਰਸ਼ ਕ੍ਰਿਟੀਸਿਜ਼ਮ ਬੈਕ ਹੋਮ ਫਾਰ ਹਗਿੰਗ ਪਾਕਿਸਤਾਨ ਆਰਮੀ। ਉਹੀ ਕਹਾਣੀ ਬਾਰ ਬਾਰ ਰਿਪੀਟ ਹੋ ਰਹੀ ਹੈ। ਔਰ ਇਸੇ ਤਰ੍ਹਾਂ ਹਰਸਿਮਰਤ ਬਾਦਲ ਨੇ ਕੀ ਕਿਹਾ ਔਰ ਦੂਸਰਿਆਂ ਨੇ ਕੀ ਕਿਹਾ ਇਹੀ ਰੈਪੀਟੇਸ਼ਨ ਹੈ ਪਰ ਇਹ ਉਹਨਾਂ ਨੇ ਆਲਰੇਡੀ ਜੋੜ ਦਿੱਤਾ ਹੈ ਕਿ ਬਈ ਇਹ ਹੁਣ ਬਚ ਕੇ ਰਹਿਣ ਵਾਲੀ ਗੱਲ ਹੈ ਨਹੀਂ ਤਾਂ ਉਹ ਉੱਥੇ ਦਿਮਾਗ ਉਹਨਾਂ ਨੇ ਧੋ ਦੇਣੇ ਨੇ। ਔਰ ਇਸ ਸਾਰੇ ਨੂੰ ਹੀ ਮੁੱਦਾ ਬਣਾ ਕੇ ਹੁਣ ਮੈਂ ਬੀਬੀ ਅਮਨਜੋਤ ਕੌਰ ਹੋਰਾਂ ਦੀ ਜਿਹੜੀ ਲਿਖਤ ਹੈ ਜਿਹਦਾ ਉਹਨਾਂ ਨੇ ਸਿਰਲੇਖ ਦਿੱਤਾ ਔਰ ਇਹ ਸਿਮਟਮਸ ਨੇ ਗੁਲਾਮੀ ਦੇ। ਇਸ ਤੋਂ ਕੋਈ ਐਡਾ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਦੁਸ਼ਮਣ ਬਾਤ ਕਰੇ ਅਣਹੋਣੀ ਉਹ ਸਾਨੂੰ ਕਿਉਂ ਸਾਡੇ ਧਰਮ ਨਾਲ ਜੁੜਨ ਦੇਣਗੇ ਜੇ ਸਾ ਉਹ ਤਾਂ ਇਹ ਚਾਹੁੰਦੇ ਨੇ ਔਰ ਆਉਣ ਵਾਲੇ ਪੀਰੀਅਡ 'ਚ ਉਹ ਮਾਹੌਲ ਸਿਰਜ ਦੇਣਗੇ ਕਿ ਭਾਰਤ ਵਿਚਲੇ ਸਿੱਖ ਜਿਹੜੇ ਨੇ ਉਹ ਪਾਕਿਸਤਾਨ ਦੇ ਗੁਰਦੁਆਰਿਆਂ ਦੇ ਜਿਹੜੇ ਵੀਜ਼ਾ ਲਵਾ ਕੇ 2-3 ਹਜ਼ਾਰ ਸਾਲ 'ਚ ਜਾਂਦਾ ਉਹ ਵੀ ਨਹੀਂ ਜਾਏਗਾ ਕਿਉਂਕਿ ਉਹਨਾਂ ਨੂੰ ਵੀ ਉਹਨਾਂ ਨੇ ਇਹ ਬਣਾ ਦੇਣਾ ਵੀ ਅਬੈਂਡਨ ਕਰ ਦਿਓ ਵੀ ਤੁਹਾਨੂੰ ਉਹ ਕਿਹਾ ਵੀ ਹੈ ਕਿਸੇ ਇੱਕ ਨੇ ਇਹਨਾਂ ਦੇ ਟਾਕ ਸ਼ੋਅ ਦੇ ਉੱਤੇ ਵੀ ਐਡਾ ਸਿੱਖਾਂ ਦਾ ਕਿਹੜਾ ਹੈਰੀਟੇਜ ਆ ਇੱਧਰ ਨਹੀਂ ਹੈ ਸਾਰੇ ਮੰਦਰ ਤਾਂ ਇੱਧਰ ਹੀ ਨੇ ਉਹਨੂੰ ਅਬੈਂਡਨ ਕਰੋ ਉਹਨੂੰ ਐਡਾ ਕੀ ਹੈ। ਸੋ ਉਹਨਾਂ ਦੇ ਲਈ ਉਹੀ ਦੇਸ਼ ਭਗਤ ਸਿੱਖ ਹੋਏਗਾ ਜਿਹੜਾ ਪਾਕਿਸਤਾਨ ਦੇ 170 ਗੁਰਦੁਆਰਿਆਂ ਦੀ ਗੱਲ ਨਾ ਕਰੇ ਜਿਹੜਾ ਰਾਜ ਕਰੇਗਾ ਖਾਲਸਾ ਦੀ ਗੱਲ ਨਾ ਕਰੇ ਜਿਹੜਾ ਇਹਨਾਂ ਦੇ ਨਾਲ ਰਲ ਕੇ ਉਸੇ ਤਰ੍ਹਾਂ ਪਾਕਿਸਤਾਨ ਨੂੰ ਗਾਲ੍ਹਾਂ ਕੱਢੇ ਉਸੇ ਤਰ੍ਹਾਂ ਪਾਕਿਸਤਾਨ ਨੂੰ ਜਿਹੜਾ ਐਂਟਾਈ ਹਿਊਮੈਨਿਟੀ ਫੇਥ ਕਹੇ ਜੋ ਇਹਨਾਂ ਦੇ RSS ਵਾਲੇ ਕਰਦੇ ਨੇ। ਔਰ ਇਸ ਸਾਰੇ ਮਾਹੌਲ 'ਚੋਂ ਹੀ ਬੀਬੀ ਅਮਨਜੋਤ ਕੌਰ ਨੇ ਜਿਹੜੀ ਲਿਖਤ ਭੇਜੀ ਹੈ ਉਹਦੇ 'ਚ ਉਹਨਾਂ ਨੇ ਕਿਹਾ ਸਿੱਖਸ ਨੀਡ ਟੂ ਆਸਕ ਆਰ ਦੇ ਫਰੀ
ਕਿ ਸਿੱਖ ਇਹ ਸਵਾਲ ਆਪਣੇ ਆਪ ਨੂੰ ਪੁੱਛਣ ਕਿ ਉਹ ਆਜ਼ਾਦ ਨੇ ਜੀ, ਔਰ ਉਹਦੇ 'ਚ ਉਹਨਾਂ ਨੇ ਕਿਹਾ ਇਨ ਰੀਸੈਂਟ ਫਿਊ, ਫਤਿਹ ਬੁਲਾ ਕੇ ਇਨ ਰੀਸੈਂਟ ਫਿਊ ਡੇਜ਼ ਸੰਗੀ ਇਜ਼ ਅਗੇਨ ਰੇਜ਼ਡ ਪਿੱਚ, ਸਿੱਧੂ ਵਾਜ਼ ਕਾਲਡ ਪਾਕਿਸਤਾਨ ਏਜੰਟ, ਡੇਂਜਰਸ ਮੈਨ ਹੂ ਸ਼ੁੱਡ ਕੁਇਟ ਪੋਲੀਟਿਕਸ, ISI ਏਜੰਟ ਐਂਡ ਐਕਿਊਜ਼ਡ ਆਫ ਲਿੰਕਸ ਵਿਦ ਖਾਲਿਸਤਾਨੀਜ਼। ਉਹਨਾਂ ਨੇ ਇਹ ਸਾਰੇ ਹੀ ਜੋ ਅਸੀਂ ਕਿਹਾ ਕਿ ਸਿੱਧੂ ਦੇ ਉੱਤੇ ਸਾਰੇ ਜਿਹੜੇ ਨੇ ਉਹਨਾਂ ਨੇ ਲੇਬਲ ਆ ਦਿੱਤੇ। ਬਾਦਲਸ ਆਰ ਟੋਇੰਗ ਸੰਗੀ ਲਾਈਨ ਕੰਪਲੀਟਲੀ ਨਾਓ ਐਂਡ ਕਾਲਿੰਗ ਆਲ ਸਿੱਖਸ ਖਾਲਿਸਤਾਨੀਜ਼, ਰੈਡੀਕਲਸ, ISI ਏਜੰਟਸ ਹੂ ਅਪੋਜ਼ ਦੈਮ, ਐਕਸਪੋਜ਼ ਦੈਮ, ਡਿਮਾਂਡ ਐਕਸ਼ਨ ਫਾਰ ਬਰਗਾੜੀ ਇੰਸੀਡੈਂਟ, ਬਹਿਬਲ ਕਲਾਇਨ। ਉਹਨਾਂ ਨੇ ਕਿਹਾ ਜੀ ਬਾਦਲਾਂ ਨੇ ਬਿਲਕੁਲ RSS ਦੀ ਲਾਈਨ ਲਈ ਹੈ, ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਗੱਲ ਕਰਦੇ ਨੇ, ਜਿਹੜੇ ਕੋਈ ਵੀ ਸਿੱਖ ਦੀ ਗੱਲ ਕਰਦੇ ਨੇ, ਇਹਨਾਂ ਬਾਦਲਾਂ ਨੂੰ ਐਕਸਪੋਜ਼ ਕਰਦੇ ਨੇ, ਇਹਨਾਂ ਦੇ ਖਿਲਾਫ਼ ਐਕਸ਼ਨ ਲੈਣ ਦੀ ਗੱਲ ਕਰ, ਉਹ ਸਾਰੇ ਹੀ ਰੈਡੀਕਲ ਨੇ, ISI ਏਜੰਟ ਨੇ ਅਤੇ ਖਾਲਿਸਤਾਨੀ ਨੇ। ਇਹ ਹੁਣ ਸਿੰਪਲ ਉਹਨਾਂ ਨੇ ਲਾਈਨ ਲੈ ਲਈ। ਐਟ ਵਰਲਡ ਹਿੰਦੂ ਕਾਂਗਰਸ ਆਲਸੋ ਸੰਗੀ ਟ੍ਰਾਈ ਟੂ ਬ੍ਰੈਂਡ ਸਿੱਖਸ ਐਜ਼ ਹਿੰਦੂਜ਼, ਔਰ ਕੋਇਨ ਰੋਡ ਐਲਸਟ ਸੀ ਹਿਸ ਟਵਿੱਟਰ ਅਕਾਊਂਟ, ਉਹਨਾਂ ਨੇ ਲਿੰਕ ਦਿੱਤਾ, ਹੈਜ਼ ਆਲਸੋ ਟਵੀਟਡ ਨੋਨਸੈਂਸ ਲਾਈਜ਼ ਦੈਟ ਸਿੱਖਸ ਆਰ ਹਿੰਦੂਜ਼। ਇਹ ਸ਼ਿਕਾਗੋ ਕਾਨਫਰੰਸ ਨੂੰ ਅਸੀਂ ਆਲਰੇਡੀ ਡਿਸਕਸ ਕੀਤਾ। ਦੇ ਸੇ ਗੁਰੂਜ਼ ਵਾਰ ਹਿੰਦੂ, ਗੁਰੂ ਗੋਬਿੰਦ ਸਿੰਘ ਜੀ ਸੈਡ ਰਾਜ ਕਰੇਗਾ ਵੇਦਾ। ਇਹ ਹੁਣ ਨਾਰਾ ਦੇ ਰਹੇ ਨੇ ਕਿ ਇਹ ਨਹੀਂ ਕਿਹਾ ਹੈ ਜਿਹੜੇ ਸਿੱਖ ਪੜ੍ਹਦੇ ਨੇ ਰਾਜ ਕਰੇਗਾ ਖਾਲਸਾ, ਉਹਨਾਂ ਨੇ ਕਿਹਾ ਸੀ ਰਾਜ ਕਰੇਗਾ ਵੇਦਾ। ਹੀ ਕਾਲਡ ਐਵਰੀ ਸਿੱਖ ਕਾਊਂਟਰਿੰਗ ਹਿਮ ਖਾਲਿਸਤਾਨੀ। ਉਹਨਾਂ ਨੇ ਕਿਹਾ ਜਿਹੜਾ ਸਿੱਖ ਆਪਣੇ ਆਪ ਨੂੰ ਹਿੰਦੂ ਨਹੀਂ ਮੰਨਦਾ ਉਹ ਖਾਲਿਸਤਾਨੀ ਹੈ। ਸਿੰਪਲ ਡੈਫੀਨੇਸ਼ਨ ਕਰਤੀ ਉਹਨਾਂ ਨੇ। ਦੇ ਆਰ ਨਾਓ ਸਪਰੈਡਿੰਗ ਦਿਸ ਸਕੈਂਡਲ ਦੈਟ ਐਨੀ ਵਨ ਹੂ ਡਜ਼ਨਟ ਐਕਸੈਪਟ ਹਿੰਦੂ ਵਰਜ਼ਨ ਆਫ ਹਿਸਟਰੀ ਐਂਡ ਡਜ਼ਨਟ ਐਕਸੈਪਟ ਹਿਮਸੈਲਫ ਐਜ਼ ਹਿੰਦੂ ਇਜ਼ ਖਾਲਿਸਤਾਨੀ। ਮੈਂ ਆਲਰੇਡੀ ਕਿਹਾ ਹੀ ਹੈ। ਨਾਓ ਸਮ UK ਬੇਸਡ ਸੰਗੀ ਹੂ ਹੈਜ਼ ਪ੍ਰੀਵੀਅਸਲੀ ਟ੍ਰਾਈ ਟੂ ਡੂ ਪ੍ਰੋਪੇਗੈਂਡਾ ਇਨ UK ਗੁਰਦੁਆਰਾਜ਼, ਉਹਨਾਂ ਨੇ ਉਹਦਾ ਲਿੰਕ ਵੀ ਦਿੱਤਾ, ਆਲਸੋ ਸਟਾਰਟਡ ਟ੍ਰੋਲਿੰਗ ਸਿੱਖਸ ਐਂਡ ਕਲੇਮਡ ਸਿੱਖਸ ਆਰ ਹਿੰਦੂਜ਼, ਗੁਰੂਜ਼ ਆਰ ਹਿੰਦੂਜ਼, ਕਿ ਬਈ ਇੰਗਲੈਂਡ 'ਚ ਬੈਠਾ ਵੀ ਜਿਹੜਾ ਗੁਰਦੁਆਰਿਆਂ 'ਚ ਵੜਦਾ ਸੀ ਪਰ ਹੁਣ ਵੜ ਨਹੀਂ ਦਿੰਦੇ, ਉਹਨੇ ਵੀ ਇਹ ਕਹਿ ਦਿੱਤਾ ਕਿ ਜੀ ਹਰ ਕੋਈ ਜਿਹੜਾ ਸਿੱਖ ਹਿੰਦੂ ਨੇ। ਰਤਨ ਸ਼ਾਰਦਾ ਆਫ RSS ਕਾਲਡ ਅਕਾਲ ਤਖ਼ਤ ਖਾਲਿਸਤਾਨੀ ਫਾਰ ਹੁਕਮਨਾਮਾ ਅਗੇਂਸਟ RSS ਐਂਡ ਬਾਇਕਾਟਿੰਗ ਦਰ ਸ਼ੈਮ ਈਵੈਂਟ ਆਫ ਗੁਰੂ ਗੋਬਿੰਦ ਸਿੰਘ ਜੀਜ਼ ਬਰਥ ਐਨੀਵਰਸਰੀ ਸੈਲੀਬ੍ਰੇਟਿਡ ਲਾਸਟ ਈਅਰ। ਕਿ ਰਤਨ ਸ਼ਾਰਦਾ ਜਿਹੜਾ RSS ਦਾ, ਉਹਨੇ ਕਿਹਾ ਜੀ ਅਕਾਲ ਤਖ਼ਤ ਨੇ ਕਿਉਂਕਿ RSS ਦੇ ਖਿਲਾਫ਼ ਹੁਕਮਨਾਮਾ ਦਿੱਤਾ ਇਸ ਲਈ ਇਹ ਖਾਲਿਸਤਾਨੀ ਹੈ। ਸੋ ਇਹ ਹੁਣ ਤੁਸੀਂ ਦੇਖ ਲਓ ਵੀ ਤੁਹਾਡੀ ਜਦੋਂ ਉਹਨਾਂ ਨੇ ਪੁੱਛਿਆ ਸਿੱਖਸ ਨੀਡ ਟੂ ਆਸਕ ਆਰ ਦੇ ਫਰੀ, ਕਿ ਅਸੀਂ ਆਜ਼ਾਦ ਹੈ, ਤਾਂ ਫਿਰ ਇਹ ਸਾਰੇ ਹੀ ਉਦਾਹਰਣ ਤੁਹਾਡੇ ਸਾਹਮਣੇ ਨੇ। ਔਰ ਡਿਪਲੋਮੈਟਸ ਔਨ ਚੈਨਲਸ ਲਾਈਕ ਰਿਪਬਲਿਕ ਹੈਵ ਓਪਨਲੀ ਕਾਲਡ ਸਿੱਖਸ ਖਾਲਿਸਤਾਨੀ, ਐਂਟੀ ਇੰਡੀਆ ਐਂਡ ਅਬਿਊਜ਼ਡ ਪਿਲਗ੍ਰਿਮਸ ਗੋਇੰਗ ਟੂ ਪਾਕਿਸਤਾਨ ਸੇਇੰਗ ਦੇ ਵਿਲ ਬੀ ਬ੍ਰੇਨ ਵਾਸ਼ਡ ਅਗੇਂਸਟ ਇੰਡੀਆ ਵੇਜ ਵਾਰ ਐਂਡ ਟੈਰਰ। ਉਹਨਾਂ ਨੇ ਕਿਹਾ ਜਿਹੜੇ ਸਿੱਖ ਉੱਧਰ ਜਾਂਦੇ ਨੇ ਉਹਨਾਂ ਨੂੰ ਵੀ ਉਹ ਬਹਿ ਕੇ ਚੈਨਲਾਂ ਦੇ ਕਹਿੰਦੇ ਨੇ ਜੀ ਇਹ ਬ੍ਰੇਨ ਵਾਸ਼ ਹੋ ਜਾਂਦੇ ਨੇ ਔਰ ਇਹ ਭਾਰਤ ਦੇ ਖਿਲਾਫ਼ ਜਿਹੜੀ ਹੈ ਜੰਗ ਐਲਾਨ ਕਰਨੀ। ਆਈ ਵਾਂਟ ਐਵਰੀ ਸਿੱਖ, ਹਾਂ ਕਾਂਗਰਸ ਆਲਸੋ ਅਬਿਊਜ਼ ਸਿੱਖਸ ਲਾਸਟ ਮੰਥ ਵੈਨ ਰਾਹੁਲ ਡਿਨਾਈਡ ਕਾਂਗਰਸ ਰੋਲ ਇਨ 1984 ਸਿੱਖ ਜੈਨੋਸਾਈਡ ਐਂਡ ਦੇਅਰ ਸਪੋਕਸ ਪਰਸਨ IT ਸੈੱਲ ਕਾਲਡ ਸਿੱਖ ਟੈਰਰਿਸਟ। ਉਹਨਾਂ ਕਿਹਾ ਰਾਹੁਲ ਗਾਂਧੀ ਮੁੱਖ ਰਿਹਾ ਔਰ ਉਹਨਾਂ ਦੇ IT ਸੈੱਲ ਵੀ ਸਿੱਖਾਂ ਨੂੰ ਜਿਹੜਾ ਹੈ ਉਹ ਦਹਿਸ਼ਤਗਰਦ ਐਲਾਨਦੇ ਨੇ। ਆਈ ਵਾਂਟ ਐਵਰੀ ਸਿੱਖ ਟੂ ਵਾਚ ਕਵਰੇਜ ਆਫ ਸਿੱਖਸ ਇਨ ਇੰਡੀਅਨ ਮੀਡੀਆ ਇਨ ਲਾਸਟ 1 ਈਅਰ ਇਨਕਲੂਡਿੰਗ ਟਰੂਡੋ ਵਿਜ਼ਿਟ। ਕਿ ਪਿਛਲੇ ਇੱਕ ਸਾਲ 'ਚ ਇੰਡੀਅਨ ਮੀਡੀਆ ਦੇਖ ਲਓ ਸਿੱਖਾਂ ਬਾਰੇ ਕੀ ਕਹਿੰਦੇ, ਜੋ ਉਸ 'ਤੇ ਬੇਸਡ ਫਿਰ ਆਪਣੀ ਰਾਏ ਬਣਾ ਲਓ। ਅਰਨਾਬ ਗੋਸਵਾਮੀ ਸੈਡ ਟੂਡੇ ਦੈਟ ਸਿੱਧੂ ਸ਼ੁੱਡ ਕੁਇਟ ਪੋਲੀਟਿਕਸ, ਹੀ ਇਜ਼ ਬ੍ਰੇਨ ਵਾਸ਼ਡ, ਹੀ ਇਜ਼ ISI ਏਜੰਟ,
ਕੋਲਿਊਡਿੰਗ ਵਿਦ ਸਿੱਖ ਟੈਰਰਿਸਟ ਐਂਡ ਪਲੈਨਿੰਗ ਟੂ ਬ੍ਰਿੰਗ ਸਿੱਖ ਟੈਰਰਿਸਟ ਟੂ ਇੰਡੀਆ, ਕਿ ਉੱਥੋਂ ਸਿੱਖ ਟੈਰਰਿਸਟ ਪਾਕਿਸਤਾਨ ਤੋਂ ਲਿਆਏਗਾ ਔਰ ਉਹ ਸਿੱਧੂ ਲਈ ਹੁਣ ਇੱਕੋ ਹੀ ਬਚਿਆ ਰਸਤਾ ਕਿ ਉਹ ਸਿਆਸਤ ਚੋਂ ਕੁਇਟ ਕਰ ਦੇ, ਰਿਟਾਇਰ ਹੋ ਜਾਏ। ਨਾਓ ਦੇ ਆਲਸੋ ਅਬਿਊਜ਼ ਆਲ ਸਿੱਖਸ ਐਬਰੋਡ ਐਂਡ ਕਾਲ ਦੈਮ ਐਂਟੀ ਇੰਡੀਆ ਐਂਡ ਵਾਂਟ ਅਸ ਟੂ ਹੇਟ ਅਵਰ ਸਿੱਖ ਬ੍ਰਦਰਨ ਇਨ ਅਦਰ ਕੰਟਰੀਜ਼ ਐਜ਼ ਇਫ ਟੂ ਡਿਸਾਈਡ ਹੂ ਇਜ਼ ਅ ਰੀਅਲ ਸਿੱਖ ਔਰ ਐਕਸੈਪਟੇਬਲ ਸਿੱਖ ਐਂਡ ਹੂ ਇਜ਼ ਫੇਕ। ਉਹ ਕਹਿੰਦੇ ਨੇ ਵੀ ਹੁਣ ਸਿੱਖਾਂ ਦੇ ਖਿਲਾਫ ਬਾਹਰਲਿਆਂ ਦੇ ਬਹੁਤ ਨਫ਼ਰਤ, ਔਰ ਉਹ ਭਾਰਤ ਦੇ ਸਿੱਖਾਂ ਨੂੰ ਉਦੋਂ ਤੱਕ ਛੱਡਣਗੇ ਨਹੀਂ, ਉਹ ਇਹ ਚਾਹੁੰਦੇ ਨੇ ਕਿ ਵੀ ਇਹ ਬਾਹਰਲੇ ਸਿੱਖਾਂ ਬਾਰੇ ਉਵੇਂ ਹੀ ਨਫ਼ਰਤ ਭਰੀਆਂ ਗੱਲਾਂ ਕਹਿਣ ਜਿਵੇਂ ਉਹ ਕਹਿ ਰਹੇ ਨੇ, ਨਹੀਂ ਤਾਂ ਇਹ ਵੀ ਖਾਲਿਸਤਾਨੀ ਨੇ, ਕ੍ਰਾਈਟੇਰੀਆ ਇੱਧਰ ਨੂੰ ਜਾ ਰਿਹਾ। ਸੈਕੂਲਰਸ ਨਾਓ ਦੇ ਆਲਸੋ ਸੈਕੂਲਰਸ ਹੈਵ ਆਲਸੋ ਅਬਿਊਜ਼ ਸਿੱਖਸ ਓਵਰ ਗੁਰੂ ਗ੍ਰੰਥ ਸਾਹਿਬ ਇਸ਼ੂ ਬਟ ਰਿਮੇਨਡ ਸਾਇਲੈਂਟ ਵੈਨ ਹਿੰਦੂਜ਼ ਟਰੋਲਡ ਥਰੈਟਨਡ ਜਰਨਲਿਸਟ ਰਜਨੀ ਸ਼ਾਲੀਨ ਚੋਪੜਾ ਫਰ ਬਰਨਿੰਗ ਗੀਤਾ ਐਂਡ ਅਪਲੋਡਿੰਗ ਏ ਵੀਡੀਓ ਆਫ ਇਟ। ਉਹਨਾਂ ਨੇ ਕਿਹਾ ਜੀ ਇਹ ਜਿਹੜੇ ਖੱਬੇ ਪੱਖੀ ਔਰ ਸੈਕੂਲਰ ਕਹਿਣ ਵਾਲੇ ਨੇ, ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਦੇ ਉੱਤੇ ਪੰਜਾਬ 'ਚ ਕਾਨੂੰਨ ਬਣਾਉਣ ਦੀ ਗੱਲ ਹੋਈ ਤਾਂ ਸਾਰੇ ਪਿੱਛੇ ਪੈ ਗਏ ਜੀ ਇਹ ਫਰੀਡਮ ਆਫ ਐਕਸਪ੍ਰੈਸ਼ਨ ਔਰ ਇਹ ਬਲੈਸਫੈਮੀ ਲਾਅ ਬਣ ਗਿਆ ਔਰ ਇਹ ਫਲਾਣਾ। ਪਰ ਜਦੋਂ ਉਸ ਬੀਬੀ ਨੇ ਜਿਹਦਾ ਉਹਨਾਂ ਨੇ ਨਾਂ ਉਹਨੇ ਜਿਹੜਾ ਉਹ ਗੀਤਾ ਸਾੜ ਕੇ ਉਹਨੂੰ ਉਹਦੀ ਵੀਡੀਓ ਪਾਈ ਔਰ ਹਿੰਦੂਆਂ ਨੇ ਟਰੋਲ ਕੀਤਾ ਅਤੇ ਉਦੋਂ ਇਹਨਾਂ 'ਚੋਂ ਕੋਈ ਨਹੀਂ ਬੋਲਿਆ ਕਿ ਜੀ ਉੱਥੇ ਵੀ ਉਹ ਆਪਣੀ ਫਰੀਡਮ ਇਸਤੇਮਾਲ ਕਰ ਰਹੀ ਹੈ। ਮੇ ਆਈ ਨੋ ਹਾਊ ਇਜ਼ ਦਿਸ ਫਰੀਡਮ, ਇਹ ਸਿੱਖ ਕਿਹੋ ਜਿਹੀ ਮੁਲਕ 'ਚ ਰਹਿੰਦੇ ਨੇ, ਕਿਹੋ ਜਿਹੀ ਉਹਨਾਂ ਨੂੰ ਆਜ਼ਾਦੀ ਹੈ? ਦੇ ਵਿਲ ਡਿਕਟੇਟ ਹੂ ਇਜ਼ ਏ ਰੀਅਲ ਸਿੱਖ ਔਰ ਨੋਟ? ਹੁਣ RSS ਦੱਸੇਗਾ ਕਿ ਵੀ ਕੌਣ ਸਿੱਖ ਹੈ ਕੌਣ ਨਹੀਂ ਹੈ। ਵਟ ਇਜ਼ ਸਿੱਖ ਹਿਸਟਰੀ? ਵਟ ਇਜ਼ ਸਿੱਖ ਬਿਲੀਫ? ਵਟ ਸ਼ੁੱਡ ਸਿੱਖਸ ਰਿਮੈਂਬਰ ਔਰ ਫਰਗੈਟ? ਵਟ ਸ਼ੁੱਡ ਬੀ ਅਵਰ ਸੈਲਫ ਇਮੇਜ? ਵਟ ਗੁਰਦੁਆਰਾਜ਼ ਵੀ ਸ਼ੁੱਡ ਵਿਜ਼ਿਟ ਔਰ ਨੋਟ? ਵਟ ਜੈਨੋਸਾਈਡ ਐਂਡ ਫੇਕ ਐਨਕਾਊਂਟਰਸ, ਟੋਰਚਰ, ਰੇਪਸ, ਡਿਸਅਪੀਅਰੈਂਸਿਸ, ਬਲੈਕਲਿਸਟ, ਸਲੈਂਡਰ ਕੰਪੇਨਸ ਵੀ ਸ਼ੁੱਡ ਰਿਮੈਂਬਰ ਔਰ ਫਰਗੈਟ? ਵਟ ਵੀ ਸ਼ੁੱਡ ਹੋਲਡ ਸੈਕਰਡ ਔਰ ਨੋਟ? ਵਟ ਅਵਰ ਗੁਰੂਜ਼ ਵਰ ਔਰ ਵਟ ਅਵਰ ਰਿਲੀਜਨ ਇਜ਼? ਇਹ ਹੁਣ ਇਹ ਸਾਨੂੰ ਦੱਸਣਗੇ ਜਿੰਨੇ ਇਸ਼ੂ ਇਹਨਾਂ ਨੇ ਕਹੇ ਨੇ ਕਿ ਵੀ ਅਸੀਂ ਇਹਦੇ 'ਚ ਆਪਣੀ ਸੋਚ ਜਾਂ ਜਿਹੜੇ ਟਰੂ ਫੈਕਚੁਅਲ ਪੋਜੀਸ਼ਨ ਹੈ ਉਹ ਵੀ ਬਿਆਨ ਨਹੀਂ ਕਰ ਸਕਦੇ। ਦੇ ਹੈਵ ਆਲਸੋ ਮਿਸਰੀਪ੍ਰੈਜੈਂਟਡ ਸਿੱਖਸ ਇਨ ਮੀਡੀਆ, ਪ੍ਰਿੰਟ, ਸੋਸ਼ਲ ਮੀਡੀਆ, ਟੀਵੀ ਐਂਡ ਫਿਲਮ ਆਲ ਦਾ ਟਾਈਮ ਐਂਡ ਲੇਟੈਸਟ ਵਨ ਇਜ਼ ਦੇ ਆਰ ਬ੍ਰਹਮਨ ਥੱਗ ਅਨੁਰਾਗ ਕਸ਼ਪ ਸ਼ੋਇੰਗ ਅਭਿਸ਼ੇਕ ਬਚਨ ਐਜ਼ ਏ ਸਮੋਕਿੰਗ ਸਿੱਖ। ਅਭਿਸ਼ੇਕ ਬਚਨ ਨੇ ਵੀ ਕਿਹਾ ਕਿ ਜੀ ਮੈਂ ਜਦੋਂ ਹੁਣ ਪੱਗ ਬੰਨੀ ਹੈ ਅਤੇ ਮੈਂ ਜੇ ਮੇਰੀ ਦਾਦੀ ਹੁੰਦੀ ਤਾਂ ਉਹ ਮੈਨੂੰ ਬੜਾ ਦੇਖ ਕੇ ਖੁਸ਼ ਹੁੰਦੀ ਪੱਗ 'ਚ, ਕਿਉਂਕਿ ਉਹ ਬੇਦੀਆਂ ਦੀ ਕੁੜੀ ਨਾਲ ਇਹਨਾਂ ਦੇ ਉਹ ਹਰਬੰਸ਼ ਰਾਏ ਬਚਨ ਨੇ ਵਿਆਹ ਕਰਾਇਆ ਸੀ। ਪਰ ਕਿਉਂਕਿ ਜੋ ਵੀ ਉਹਦਾ ਰੋਲ ਹੋਏਗਾ ਜਾਂ ਉਹ ਸਮੋਕਿੰਗ ਸਮੋਕਰ ਹੈ, ਉਹਨੇ ਕਿਹਾ ਜੀ ਵੀ ਉਹਨੇ ਜਿਹੜਾ ਇਹ ਦੂਸਰਾ ਕਸ਼ਪ ਉਹਨੇ ਉਹਨੂੰ ਅਭਿਸ਼ੇਕ ਬੱਚਨ ਨੂੰ ਸਮੋਕਿੰਗ ਸਿੱਖ ਦੇ ਥੱਲੇ ਜਿਹੜਾ ਉਹ ਬ੍ਰੈਂਡ ਕੀਤਾ। ਸੋ ਨਾਓ ਸਿੱਖਸ ਆਰ ਡਰੱਗੀਜ਼ ਟੈਰੋਰਿਸਟ ਸਮੋਕਰਸ ਕੁਸ਼ਚਨ ਮਾਰਕ? ਵੀ ਹੁਣ ਸਿੱਖ ਇਹੀ ਰਹਿ ਗਏ ਥੱਲੇ? ਉਹਨਾਂ ਨੇ 6-7 ਲਿੰਕ ਦਿੱਤੇ ਨੇ ਜਿਹੜੇ ਕਿ BJP ਲੀਡਰਸ, ਮਿਨਿਸਟਰ, ਸੈਲ ਆਊਟ ਅਕਾਲੀਜ ਦੇ ਜਿਹੜੇ ਇਹ ਮੀਡੀਆ ਲੈਪਟੋਪਸ ਨੇ ਜਿਹਦੇ 'ਚੋਂ ਸਿੱਖਾਂ ਨੂੰ ਬੁਰਾ ਭਲਾ ਕਹਿ ਰਹੇ ਨੇ, ਔਰ ਇਸ ਉਹਨਾਂ ਦੇ ਵਿੱਚ ਉਹਨਾਂ ਨੇ ਕਿਹਾ ਰਿਪਬਲਿਕ, ਜ਼ੀ ਨਿਊਜ਼, ਟਾਈਮਸ ਨਾਓ, ਨਿਊਜ਼ 18, ਆਜ ਤੱਕ, ਇੰਡੀਆ ਟੂਡੇ ਡਿਬੇਟਸ ਫਾਰ ਦਾ ਵਰਸਟ ਐਂਡ ਦਾ ਲੈਂਗੁਏਜ ਯੂਜ਼ਡ ਬਾਈ ਜਰਨਲਿਸਟ ਸ਼ੋਡ ਹਾਊ ਮੱਚ ਇੰਡੀਆਜ਼ ਅਪਰ ਕਾਸਟ ਹਿੰਦੂਜ਼ ਹੇਟ ਸਿੱਖਸ। ਇਹਨਾਂ ਸਾਰੇ ਜਿਹੜੀ ਡਿਬੇਟ ਹੈ ਉਹਦੇ ਤੁਸੀਂ ਅੰਦਾਜ਼ਾ ਲਾਓ ਕਿ ਇਹ ਜਿਹੜੀਆਂ ਉੱਚੀ ਜਾਤੀਆਂ ਵਾਲੇ ਸਵਰਨ ਹਿੰਦੂ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਨੇ, ਇਹਨਾਂ ਦੇ ਮਨ 'ਚ ਸਿੱਖਾਂ ਲਈ ਕਿੰਨੀ ਨਫ਼ਰਤ ਹੈ? ਇਫ ਵੀ ਵਿਲ ਲਿਵ ਐਜ਼ ਪਰ ਦੇਅਰ ਵਿਮਸ ਦੈਨ ਹਾਊ ਇਜ਼ ਇਟ ਫਰੀਡਮ? ਜੇ ਅਸੀਂ ਉਹਨਾਂ ਦੇ ਮੁਤਾਬਕ ਹੀ ਜਿਉਣਾ ਤਾਂ ਫਿਰ ਇਹ ਕਿਹੋ ਜਿਹੀ ਆਜ਼ਾਦੀ ਹੈ? ਆਈ ਥਿੰਕ ਦੇ ਆਰ ਡੈਲੀਬਰੇਟਲੀ ਡੂਇੰਗ ਦਿਸ ਟੂ ਕ੍ਰੀਏਟ ਟ੍ਰਬਲ ਅਰਾਊਂਡ 550th ਬਰਥ ਐਨੀਵਰਸਰੀ ਆਫ ਗੁਰੂ ਨਾਨਕ ਦੇਵ ਜੀ
ਐਂਡ ਪ੍ਰੈਸ਼ਰਾਈਜ਼ਿੰਗ ਸਿੱਖਸ ਟੂ ਕੱਟ ਆਫ ਫਰੋਮ ਹੈਰੀਟੇਜ ਇਨ ਪਾਕਿਸਤਾਨ ਬਿਸਾਈਡਸ ਮੇਕਿੰਗ ਇਟ ਕਲੀਅਰ ਦੈਟ ਐਨੀ ਵਨ ਹੂ ਸਪੀਕਸ ਫਾਰ ਰਾਈਟਸ ਆਫ ਸਿੱਖਸ ਇਜ਼ ਬੇਸਿਕਲੀ ਗੋਇੰਗ ਟੂ ਬੀ ਕਾਲਡ ਏ ਟੈਰਰਿਸਟ ਐਂਟੀ ਇੰਡੀਆ ISI ਏਜੰਟ। ਇਹ ਉਹਨਾਂ ਨੇ ਬਿਲਕੁਲ ਕਲੀਅਰ ਕਰਤਾ ਵੀ ਉਹ 550 ਸਾਲਾਂ ਦੇ ਸਾਰਿਆਂ ਨੂੰ ਡਿਸਟਰੋਏ ਕਰਨਾ ਚਾਹੁੰਦੇ ਨੇ, ਉਹ ਨਹੀਂ ਚਾਹੁੰਦੇ ਕਿ ਸਿੱਖ ਪਾਕਿਸਤਾਨ ਦੇ ਆਪਣੇ ਵਿਰਸੇ ਨਾਲ ਸਾਂਝ ਰੱਖਣ। ਔਰ ਜਿਹੜਾ ਵੀ ਸਿੱਖ ਇਸ ਕਿਸਮ ਦਾ ਜਿਹੜਾ ਉਹ ਬੇਸਿਕ ਹੱਕਾਂ ਦੀ ਗੱਲ ਵੀ ਕਰੇਗਾ ਉਹ ISI ਏਜੰਟ ਹੈ, ਦਹਿਸ਼ਤਗਰਦ ਹੈ ਔਰ ਐਂਟੀ ਇੰਡੀਆ। ਦੇਅਰ ਸ਼ੈਮ ਆਫ ਰਿਸਪੈਕਟਿੰਗ ਸਿੱਖਸ ਗੁਰਦੁਆਰਾਜ਼ ਐਂਡ ਗੁਰੂਜ਼ ਇਜ਼ ਐਕਸਪੋਜ਼ਡ ਅਗੇਨ, ਕਿ ਜੋ ਡਰਾਮਾ ਕਰਦੇ ਨੇ ਜੇ ਅਸੀਂ ਬਹੁਤ ਰਿਸਪੈਕਟ ਕਰਦੇ ਹਾਂ ਔਰ ਬਹੁਤ ਇਹ ਹੈ, ਇਹ ਫਿਰ ਸਾਹਮਣੇ ਐਕਸਪੋਜ਼ਡ ਹੈ। ਦੇ ਹੈਵ ਆਲਸੋ ਕਾਲਡ ਗੁਰਦੁਆਰਾਜ਼ ਇਨ ਪਾਕਿਸਤਾਨ ਐਜ਼ ਹਬਸ ਆਫ ਟੈਰਰਿਜ਼ਮ ਰੇਡੀਕਲਿਜ਼ਮ ਐਂਡ ਦੇ ਥਿੰਕ ਸਿੱਖਸ ਹੈਵ ਨੋ ਬ੍ਰੇਨ ਔਰ ਏਜੰਸੀ ਆਫ ਦੇਅਰ ਓਨ ਟੂ ਡਿਸਾਈਡ ਐਨੀਥਿੰਗ ਫੋਰ ਦੈਮ ਸੈਲਵਸ। ਉਹ ਹੁਣ ਪਾਕਿਸਤਾਨ ਦੇ ਗੁਰਦੁਆਰਿਆਂ ਨੂੰ ਵੀ ਅੱਤਵਾਦ ਦਾ ਅੱਡਾ ਕਹਿੰਦੇ ਨੇ, ਔਰ ਉਹ ਸਮਝਦੇ ਨੇ ਵੀ ਸਿੱਖਾਂ ਦਾ ਆਪਣਾ ਨਹੀਂ ਦਿਮਾਗ ਹੈ, ਇਹ ਤਾਂ ISI ਦਾ ਦਿਮਾਗ ਹੀ ਚੱਲ ਰਿਹਾ, ਇਹਨਾਂ ਦਾ ਦਿਮਾਗ ਹੀ ਨਹੀਂ ਹੈਗੇ ਕਿ ਇਹ ਜਿਹੜੇ ਨੇ ਸੋਚ ਸਕਣ। ਵਟ ਆਲ ਪਾਰਟੀਜ਼ ਆਰ ਡੂਇੰਗ ਟੂ ਸਿੱਖਸ ਇਜ਼ ਇਨਫੈਂਟਲਾਈਜ਼ਿੰਗ ਐਂਡ ਗੈਸ ਲਾਈਟਿੰਗ ਅਵਰ ਹੋਲ ਕਮਿਊਨਿਟੀ। ਇਹਨਾਂ ਨੇ ਬੜੀਆਂ ਜ਼ਬਰਦਸਤ ਟਰਮ ਯੂਜ਼ ਕੀਤੀਆਂ ਨੇ ਕਿ ਵੀ ਸਾਡੀ ਸਾਰੀ ਦੀ ਸਾਰੀ ਕੌਮ ਜਿਹੜੀ ਹੈ ਉਹਨਾਂ ਨੇ ਇੱਕੋ ਹੀ ਹੱਲੇ ਦੇ ਨਾਲ ਜਿਹੜੀ ਹੈ ਉਸਨੂੰ ਟਾਰਗੇਟ ਕਰਕੇ ਡਿਸਟਰੋਏ ਕਰਨ ਦੀ ਲਾਈਨ ਜਿਹੜੀ ਹੈ ਉਹ ਰੱਖੀ ਹੋਈ ਹੈ। ਪਲੀਜ਼ ਸੀ ਮੈਂ ਮੀਮਸ ਐਂਡ ਪੋਸਟਰਸ ਐਂਡ ਟੈਲ ਮੀ ਹਾਓ ਇਟ ਇਜ਼ ਡਿਫਰੈਂਟ ਫਰੋਮ ਸਰਦਾਰ ਗੱਦਾਰ ਪ੍ਰੋਪਾਗੈਂਡਾ ਆਫ 1980s। ਜਿਵੇਂ 1980s 'ਚ ਇੰਦਰਾ ਗਾਂਧੀ ਤੋਂ ਪਹਿਲਾਂ ਵੀ ਉਹਦੇ ਮਾਰੇ ਜਾਣ ਤੋਂ ਅਤੇ ਜਦੋਂ ਮਾਰੀ ਗਈ, ਫਿਰ ਈਵਨ ਆ ਮੇਨਕਾ ਗਾਂਧੀ ਜਿਹੜੀ ਹੁਣ ਵੱਡੀ ਪੁੱਤਰੀ ਬਣੀ ਹੋਈ ਹੈ RSS ਦੀ, ਇਹ ਜਦੋਂ ਇਲੈਕਸ਼ਨ ਲੜ ਰਹੀ ਸੀ ਤਾਂ ਇਹਦੇ ਹਲਕੇ 'ਚ ਵੀ ਸਾਰੇ ਸੀ ਸਰਦਾਰ ਕੀ ਬੇਟੀ ਗੱਦਾਰ ਕੀ ਬੇਟੀ। ਸੋ ਜ਼ਾਹਰ ਹੈ ਉਹਨਾਂ ਨੇ ਕਿਹਾ ਜੀ ਜੋ ਕੁਛ ਉਦੋਂ ਸੀ ਹੁਣ ਵੀ ਉਸ ਕਿਸਮ ਦੇ ਹੀ ਜੋ ਚਾਰ ਚਫੇਰਾ ਸਿੱਖਾਂ ਦੇ ਖਿਲਾਫ ਹੈ। ਸਿੱਖ ਸ਼ੁੱਡ ਸੀ ਇਟ ਐਂਡ ਟੈਲ ਮੀ ਇਫ ਦਿਸ ਇਜ਼ ਫਰੀਡਮ, ਕਿ ਸਿੱਖ ਦੱਸੋ ਕਿ ਵੀ ਇਹ ਫਰੀਡਮ ਹੈ, ਰਿਸਪੈਕਟ ਕੀ, ਇਹ ਰਿਸਪੈਕਟ ਹੈ, ਸੋਵਰਨਿਟੀ ਇਹ ਤੁਹਾਡੀ ਪ੍ਰਭੂ ਸੱਤ ਹੈ, ਡਿਗਨਿਟੀ ਇਹ ਤੁਹਾਡਾ ਸਵੈਮਾਣ ਹੈ, ਐਂਡ ਵੀ ਹੈਵ ਨੋ ਪ੍ਰੋਬਲਮ ਵਿਦ ਦਿਸ, ਕੀ ਤੁਹਾਨੂੰ ਇਹਦੇ ਨਾਲ ਕੋਈ ਸਮੱਸਿਆ ਨਹੀਂ ਹੈ ਜੋ ਹੋ ਰਿਹਾ। ਇਫ ਈਵਨ ਏ ਹਿੰਦੂ ਬੂਟ ਲਿਕਰ ਲਾਈਕ ਸਿੱਧੂ ਕੈਨ ਬੀ ਕਾਲਡ ਟੈਰਰਿਸਟ, ਦੈਨ ਵਟ ਡੂ ਦੇ ਥਿੰਕ ਆਫ ਅਦਰ ਸਿੱਖਸ, ਕਿ ਜਿਹੜਾ ਇਹਨਾਂ ਦੀਆਂ ਜੁੱਤੀਆਂ ਚੱਟਣ ਵਾਲਾ ਜਿਹੜਾ ਹੈ ਉਹਨੂੰ ਜਿਹੜਾ ਉਹ ਟੈਰਰਿਸਟ ਔਰ ISI ਏਜੰਟ ਕਹਿ ਸਕਦੇ ਨੇ, ਅਤੇ ਬਾਕੀਆਂ ਦਾ ਹਾਲ ਦੇਖ ਲਓ। ਡੂ ਸਿੱਖਸ ਕਾਲ ਇਟ ਇਕੁਆਲਿਟੀ ਐਂਡ ਸੈਕੂਲਰਿਜ਼ਮ, ਇਹ ਬਰਾਬਰੀ ਹੈ ਔਰ ਇਹੀ ਸੈਕੂਲਰਿਜ਼ਮ ਹੈ। ਆਲਸੋ ਸੀ ਹਾਓ ਇੰਡੀਆ ਇਜ਼ ਸਪਰੈਡਿੰਗ ਹੇਟ ਅਗੇਂਸਟ ਸਿੱਖਸ ਐਬਰੋਡ ਐਂਡ ਗੋਟ UK ਪੁਲਿਸ ਟੂ ਕੰਡਕਟ ਰੇਡਸ ਔਨ ਸਿੱਖਸ। ਮੈਂ ਆਲਰੇਡੀ ਓਪਨਿੰਗ 'ਚ ਇਹਦੀ ਗੱਲ ਕੀਤੀ ਸੀ। ਇਜ਼ ਦਿਸ ਆਜ਼ਾਦ ਹਸਤੀ ਔਰ ਡਿਗਨੀਫਾਈਡ ਐਗਜ਼ਿਸਟੈਂਸ ਆਫ ਸਿੱਖਸ, ਕਿ ਇਹ ਹੈ ਸਾਡੀ ਆਜ਼ਾਦ ਹਸਤੀ। ਹਾਓ ਕੈਨ ਦੋਜ ਪੀਪਲ ਬੀ ਟੋਲਰੈਂਟ ਔਰ ਨੋ ਮਾਸ ਦਾ ਰਿਸ਼ਤਾ, ਐਂਡ ਹਾਓ ਕੈਨ ਵੀ ਸਰਵਾਈਵ ਵਿਦ ਦੋਜ ਹੂ ਆਰ ਆਲਵੇਜ਼ ਡਿਸਟੋਰਟਿੰਗ ਅਵਰ ਹਿਸਟਰੀ, ਹੂ ਕਿਲਡ ਅਵਰ ਜਨਰੇਸ਼ਨ ਆਫ ਸਿੱਖਸ, ਡੀਫੇਮ ਐਂਡ ਟਾਰਗੇਟ ਅਸ ਔਨ ਲਾਈਨ ਇਨ ਮੀਡੀਆ ਇਨ ਰੀਅਲ ਲਾਈਫ ਗਲੋਬਲੀ ਡੇਲੀ, ਬ੍ਰੇਨ ਵਾਸ਼ ਔਰ ਡਰੱਗ ਅਵਰ ਕਿਡਸ ਐਂਡ ਰਾਈਟ ਬੁੱਕਸ ਫੁੱਲ ਆਫ ਲਾਈਜ਼ ਅਬਾਊਟ ਅਸ ਐਂਡ ਅਵਰ ਗੁਰੂ। ਅਸੀਂ ਇਹਨਾਂ ਨੂੰ ਕਿਵੇਂ ਟੋਲਰੇਟ ਕਰ ਸਕਦੇ ਹਾਂ ਔਰ ਕਿਵੇਂ ਅਸੀਂ ਕਹਿੰਦੇ ਜੀ 9 ਮਾਰਚ ਦਾ ਰਿਸ਼ਤਾ, ਜਿਹੜੇ ਸਾਡੀ ਹਿਸਟਰੀ ਨੂੰ ਤਬਾਹ ਜਿਹੜਾ ਉਹ ਤੋੜ ਮਰੋੜ ਰਹੇ ਨੇ, ਜਿਨ੍ਹਾਂ ਨੇ ਸਾਡੀ ਪੂਰੀਆਂ ਨਸਲਾਂ ਮਾਰ ਦਿੱਤੀਆਂ ਨੇ, ਔਰ ਔਨਲਾਈਨ ਹੋਏ, ਮੀਡੀਆ ਹੋਏ ਔਰ ਦੁਨੀਆ ਭਰ ਦੇ ਵਿੱਚ ਸਾਨੂੰ ਜਿਹੜਾ ਉਹ ਬਦਨਾਮ ਕਰ ਰਹੇ ਨੇ, ਔਰ ਸਾਡੇ ਬੱਚਿਆਂ ਨੂੰ ਕਿਤੇ ਡਰੱਗਸ ਦੇ ਨਾਲ ਮਾਰ ਰਹੇ ਨੇ, ਕਿਤੇ ਕਿਤਾਬਾਂ ਰਾਹੀਂ ਉਹਨਾਂ ਨੂੰ ਬ੍ਰੇਨ ਵਾਸ਼ ਕਰ ਰਹੇ ਨੇ, ਸਾਡੇ ਗੁਰੂਆਂ ਪ੍ਰਤੀ ਜਿਹੜਾ ਉਹ ਬੇਅਦਬੀ ਵਾਲਾ ਸਾਰਾ ਪਾਰਟ ਇਹਨਾਂ ਦੀਆਂ ਲਿਖਤਾਂ ਦੇ ਵਿੱਚ ਹੈ। ਦੇ ਸਟਿਲ ਕਾਲ ਦਰਬਾਰ ਸਾਹਿਬ ਐਜ਼ ਸਮ ਹਿੰਦੂ ਮੰਦਰ
ਐਂਡ ਕਲੇਮ ਇਟ ਵਾਜ਼ ਵਿਸ਼ਨੂ ਮੰਦਰ ਨੇਮਡ ਹਰੀ ਮੰਦਰ ਦੇ ਹੈਵ ਦੇਅਰ ਆਈਜ਼ ਔਨ ਅਵਰ ਗੁਰਦੁਆਰਾਜ਼ ਐਂਡ ਵਾਂਟ ਹਿੰਦੂ ਟੇਕ ਓਵਰ ਜਸਟ ਐਜ਼ ਦੇ ਹੈਵ ਟੇਕਨ ਓਵਰ ਬੁੱਧਿਸਟ ਬੌਧ ਗਿਆ ਟੈਂਪਲ ਨਾਓ ਕਿਹਾ ਵੀ ਇਹਨਾਂ ਦੀ ਅੱਖ ਸਾਡੇ ਗੁਰਦੁਆਰਿਆਂ 'ਤੇ ਅਲਟੀ ਔਰ ਆਲਰੇਡੀ ਜੇ ਅਸੀਂ ਗਿਆਨ ਗੋਦੜੀ ਹਰਿਦੁਆਰ 'ਚ ਦੇਖੀਏ ਗੁਰਦੁਆਰਾ ਡਾਂਗ ਮਾਰ ਸਿੱਕਮ ਦੇ ਵਿੱਚ ਦੇਖੀਏ ਔਰ ਇਹ ਚੱਲ ਰਿਹਾ ਉਹਨਾਂ ਨੇ ਕਿਹਾ ਜੀ ਇਹਨਾਂ ਦੀ ਅੱਖ ਸਾਡੇ ਗੁਰਦੁਆਰਿਆਂ 'ਤੇ ਹੈ ਇਹਨਾਂ ਨੇ ਆਲਰੇਡੀ ਦਰਬਾਰ ਸਾਹਿਬ ਨੂੰ ਵੀ ਵਿਸ਼ਨੂੰ ਮੰਦਰ ਕਹਿੰਦੇ ਨੇ ਔਰ ਇਸ ਸਾਰੇ ਨੂੰ ਉਹਨਾਂ ਨੇ ਬੁੱਧ ਧਰਮ ਜਿਵੇਂ ਬੌਧ ਗਿਆ ਜਿੱਥੇ ਬੁੱਧ ਨੂੰ ਗਿਆਨ ਹੋਇਆ ਉਹ ਬ੍ਰਾਹਮਣਾਂ ਦੇ ਕਬਜ਼ੇ 'ਚ ਹੈ ਅੱਜ ਵੀ ਉਹ ਸਾਡੇ ਗੁਰਦੁਆਰੇ ਵੀ ਜਿਹੜੇ ਨੇ ਖੋਹਣੇ ਚਾਹੁੰਦੇ ਨੇ ਡੂ ਸਿੱਖਸ ਵਾਂਟ ਟੂ ਐਂਡ ਅਪ ਲਾਈਕ ਬੁੱਧਿਜ਼ਮ ਇਨ ਇੰਡੀਆ ਅਸੀਂ ਆਪਣਾ ਹਸ਼ਰ ਬੁੱਧ ਧਰਮ ਵਾਂਗ ਦੇਖਣਾ ਚਾਹੁੰਦੇ ਹਾਂ ਵੀ ਹੈਵ ਨੋਟ ਈਵਨ ਫਰੀਡਮ ਟੂ ਹੋਲਡ ਉਹ ਅਵਰ ਓਨ ਬਿਲੀਫਸ ਹੀਅਰ ਸਾਡੇ ਅਸੀਂ ਆਪਣੇ ਵਿਸ਼ਵਾਸਾਂ ਮੁਤਾਬਕ ਜੀਵ ਨਹੀਂ ਸਕਦੇ ਚੈੱਕ ਕੀ ਵਰਡਸ ਲਾਈਕ ਫਿਰ ਉਹਨਾਂ ਨੇ ਕਿਹਾ ਸਿੱਧੂ ਕਰਤਾਰਪੁਰ ਐਂਡ ਸਿੱਖ ਇਨ ਟਵਿੱਟਰ ਐਂਡ ਫੇਸਬੁੱਕ ਐਂਡ ਯੂ ਵਿਲ ਨੋ ਵਟ ਆਈ ਐਮ ਸੇਇੰਗ ਈਵਨ ਜਰਨਲਿਸਟ ਲਾਈਕ ਜ਼ਕਾ ਜੈਕਬ ਵਰ ਆਸਕਿੰਗ ਇਜ਼ ਨੈਸ਼ਨਲ ਸਿਕਿਉਰਿਟੀ ਇੰਪੋਰਟੈਂਟ ਔਰ ਸਮ ਪਿਲਗ੍ਰਿਮੇਜ ਇਹ ਵੀ ਕੋਈ ਹੈ ਉਹਨੇ ਕਿਹਾ ਜੀ ਦੱਸੋ ਇਹ ਦੇਸ਼ ਦੀ ਜਿਹੜੀ ਹੈ ਉਹ ਸੁਰੱਖਿਆ ਇੰਪੋਰਟੈਂਟ ਹੈ ਕਿ ਇਹਨਾਂ ਦੀ ਸਿੱਖਾਂ ਦੀ ਯਾਤਰਾ ਇੰਪੋਰਟੈਂਟ ਹੈ ਉਹਨਾਂ ਨੇ ਉਸ ਕਿਸਮ ਦਾ ਜਿਹੜਾ ਇੱਕ ਮਾਹੌਲ ਬਣਾ ਦਿੱਤਾ ਹੋਇਆ ਦੇ ਹੈਵ ਨੈਵਰ ਕੁਐਸਚਨਡ ਦੇਅਰ ਹਿੰਦੂਜ਼ ਵਾਈ ਗੋ ਟੂ ਕੈਲਾਸ਼ ਮਾਨਸਰੋਵਰ ਇਨ ਚਾਈਨਾ ਔਰ ਕਟਾਸ਼ ਰਾਜ ਮੰਦਰ ਇਨ ਪਾਕਿਸਤਾਨ ਦੇ ਓਨਲੀ ਕੁਐਸਚਨ ਲੋਇਲਟੀ ਆਫ ਸਿੱਖਸ ਵਾਈ ਹੁਣ ਉਹ ਜਾ ਕੇ ਕੈਲਾਸ਼ ਪਰਬਤ ਮਾਨਸਰੋਵਰ ਚੜ੍ਹਿਆ ਰਾਹੁਲ ਗਾਂਧੀ ਵੀ ਗਿਆ ਇਹਨਾਂ ਦੇ ਹਾਈਕਿੰਗ ਸਪੈਸ਼ਲੀ ਅਡਵਾਨੀ ਦੇ ਨੇ ਇਹ ਉਦੋਂ ਐਗਰੀਮੈਂਟ ਕਰਕੇ ਕਿ ਜੀ ਸਾਡੇ ਜਾਣੇ ਚਾਹੀਦੇ ਨੇ ਇੱਥੇ ਸਾਡੇ ਸ਼ਿਵਜੀ ਬੈਠੇ ਨੇ ਹਵਾ ਦੇ ਵਿੱਚ ਔਰ ਕਟਾਸ਼ ਰਾਜ ਪਾਕਿਸਤਾਨ 'ਚ ਹੈ ਉੱਥੇ ਵੀ ਅਡਵਾਨੀ ਗਿਆ ਉੱਥੇ ਕਿ ਜੀ ਉਹ ਜਾਂਦਾ ਹਿੰਦੂਆਂ ਦਾ ਜਥਾ ਵੀ ਉਦੋਂ ਉਹਨਾਂ ਨੂੰ ਇਤਰਾਜ਼ ਨਹੀਂ ਹੁੰਦਾ ਸਿੱਖਾਂ ਦੇ ਆਪਣੇ ਗੁਰਦੁਆਰਿਆਂ ਜਿਨ੍ਹਾਂ ਨਾਲ ਉਹ ਜੁੜੇ ਹੋਏ ਨੇ ਮੁਕੱਦਸ ਹਿਸਟਰੀ ਗਰਾਊਂਡਡ ਸਾਡਾ ਧਰਮ ਹੈ ਕੋਈ ਹਵਾ 'ਚ ਉੱਡਦਾ ਧਰਮ ਨਹੀਂ ਹੈ ਇਹਦੇ ਨਾਲ ਇਹਨਾਂ ਨੂੰ ਕੀ ਪ੍ਰੋਬਲਮ ਹੈ ਦੇ ਔਰ ਟੂ ਟੈਰਰਾਈਜ਼ ਸਿੱਖਸ ਇੰਡੀਆ ਇਜ਼ ਈਵਨ ਅਰੈਸਟਿੰਗ ਸਿੱਖਸ ਹੂ ਹੈਵ ਅਰਲੀਅਰ ਵਿਜ਼ਿਟਡ ਪਾਕਿਸਤਾਨ ਫਾਰ ਪਿਲਗ੍ਰੀਮੇਜ ਹੁਣ ਉਹਨਾਂ ਨੂੰ ਕੁਛ ਨੂੰ ਗ੍ਰਿਫਤਾਰ ਵੀ ਕਰਦੇ ਨੇ ਇਹ ਕਹਿ ਕੇ ਜੀ ਉੱਥੋਂ ਬ੍ਰੇਨ ਵਾਸ਼ ਹੋ ਕੇ ਆਏ ਜਾਂ ਦੂਜਾ ਹੈ ਇਫ ਦਿਸ ਇਜ਼ ਨੋਟ ਸੈਕਿੰਡ ਕਲਾਸ ਸਟੈਟਸ ਦੈਨ ਵਾਟ ਇਜ਼ ਜੇ ਇਹ ਦੂਜੇ ਦਰਜੇ ਦੇ ਸ਼ਹਿਰੀ ਹੋਣਾ ਨਹੀਂ ਹੈ ਤਾਂ ਕੀ ਹੈ ਸਿੱਖਸ ਨੀਡ ਟੂ ਆਸਕ ਦਿਸ ਕੁਐਸਚਨ ਟੂ ਦੈਮ ਸੈਲਫ ਸਿੱਖ ਇਹ ਸਵਾਲ ਆਪਣੇ ਆਪ ਨੂੰ ਪੁੱਛਣ ਨਾਓ ਵੀ ਆਰ ਜਸਟ ਲੈਫਟ ਵਿਦ ਆਰ ਐਸ ਐਸ ਸੈਲ ਆਊਟਸ ਲਾਈਕ ਬਾਦਲਸ ਐਂਡ ਕੈਪਟਨ ਹੂ ਕੀਪ ਅਬਿਊਜ਼ਿੰਗ ਓਨ ਕਮਿਊਨਿਟੀ ਟੂ ਪਲੀਜ਼ ਹਿੰਦੂਜ ਇਮੈਜਿਨ ਵੀ ਹੈਵ ਨੋ ਵੈਲਿਊ ਈਵਨ ਐਜ ਏ ਵੋਟ ਬੈਂਕ ਇਨ ਪੰਜਾਬ ਵੀ ਆਰ ਇਰਰੈਲੀਵੈਂਟ ਇਜ਼ ਦਿਸ ਏ ਡਿਗਨੀਫਾਈਡ ਐਗਜ਼ਿਸਟੈਂਸ ਸੀ ਪਿਕਚਰਸ ਅਟੈਚ ਉਹਨੇ ਸਕਰੀਨਸ਼ਾਟ ਵੀ ਸਾਰਿਆਂ ਦੇ ਭੇਜੇ ਨੇ ਉਹ ਹੁਣ ਵਕਤ ਨਹੀਂ ਹੈ ਪਰ ਉਹਨਾਂ ਨੇ ਕਿਹਾ ਵੀ ਅੱਜ ਸਾਡੇ ਸਾਹਮਣੇ ਬਾਦਲ ਅਤੇ ਅਮਰਿੰਦਰ ਹਿੰਦੂ ਜਿਹੜੇ ਸੈਲ ਆਊਟ ਨੇ ਔਰ ਉਹਨਾਂ ਨੂੰ ਖੁਸ਼ ਕਰਨ 'ਤੇ ਲੱਗੇ ਹੋਏ ਨੇ ਆਪਣੀ ਕਮਿਊਨਿਟੀ ਨੂੰ ਵੀ ਗਾਲਾਂ ਕੱਢ ਕੇ ਔਰ ਸਾਡਾ ਅੱਜ ਈਵਨ ਸਿੱਖੀ ਮੁੱਦੇ ਦੇ ਉੱਤੇ ਗੱਲ ਕਰਨ ਵਾਲਾ ਵੋਟ ਬੈਂਕ ਵੀ ਪੰਜਾਬ 'ਚ ਨਹੀਂ ਆ ਉਹਨਾਂ ਨੂੰ ਲੱਗਦਾ ਵੀ ਇਹਨਾਂ ਨੂੰ ਜੋ ਮਰਜ਼ੀ ਕਰੋ ਹਿੰਦੂਆਂ ਨੂੰ ਖੁਸ਼ ਕਰੋ ਤਾਂ ਕਿ ਉਹਨਾਂ ਦੀਆਂ ਵੋਟਾਂ ਮਿਲਣ ਔਰ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਸਾਰੀ ਸਿਚੁਏਸ਼ਨ 'ਚ ਹੀ ਗੈਰ ਪ੍ਰਾਸੰਗਿਕ ਹੋ ਗਏ ਇਰਰੈਲੀਵੈਂਟ ਹੋ ਗਏ ਔਰ ਇਸ ਦੇਸ ਏ ਡਿਗਨੀਫਾਈਡ ਐਗਜ਼ਿਸਟੈਂਸ ਇਹ ਆਉਣ ਨਾਲ ਜੀਣਾ ਔਰ ਮੈਂ ਕੰਕਲੂਡ ਕਰਾਂ ਵੀ ਸਾਡੇ ਗੁਰੂ ਨੇ ਸਾਨੂੰ ਆਉਣ ਨਾਲ ਅਣਖ ਨਾਲ ਜੁੜਨਾ ਸਿਖਾਇਆ ਗੁਰੂ ਨਾਨਕ ਸਾਹਿਬ ਦਾ ਫਰਮਾਨ ਹੈ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇ ਤਾਂ ਕਿ ਸਿਖਾਏ ਜਿਹੜੇ ਇੰਡੀਵਿਜੁਅਲ ਜਿਹੜੇ ਵਿਅਕਤੀ ਜਿਹੜੇ ਮਨੁੱਖ ਜਿਹੜੀਆਂ ਕੌਮਾਂ ਬੇਪਤ ਹੋ ਕੇ ਵੀ ਜਿਉਂਦੀਆਂ ਨੇ ਉਹ ਹਲਾਲ ਖੋਰ ਨਹੀਂ ਨੇ ਉਹ ਹਰਾਮ ਖੋਰ ਨੇ ਔਰ ਇਹ ਸਵਾਲ ਜਿਹੜਾ ਉਹਨਾਂ ਨੇ ਸ਼ੁਰੂ 'ਚ ਸਿਕਸ ਨੀਡ ਟੂ ਆਸਕ ਆਰ ਦੇ ਫਰੀ ਔਰ ਸੰਤ ਪਿੰਡਾਂ ਵਾਲਿਆਂ ਦੀ ਆਲਮੋਸਟ ਹਰ ਸਪੀਚ ਇਹਦੇ 'ਚ ਉਹ ਰਿਲੇਟ ਕਰਕੇ ਕਹਿੰਦੇ ਸੀ
ਕਿ ਭਾਈ ਅਸੀਂ ਗੁਲਾਮ ਹੈ ਅਤੇ ਇਹ ਗੁਲਾਮੀ ਦੇ ਸੰਗਲ ਕੱਟਣੇ ਨੇ, ਔਰ ਉਹਨਾਂ ਦਾ ਇਹ ਕੋਟ ਹੈ ਕਿ ਜੇ ਅਣਖ ਨਾਲ ਜਿਉਣਾ ਤਾਂ ਲੜਨਾ ਪਵੇਗਾ, ਅਤੇ ਜੇ ਅਸੀਂ ਲੜਨ ਤੋਂ ਹੀ ਭਗੌੜੇ ਹੈ, ਆਪਣੇ ਸਿੱਖ ਕਹਿਣ ਤੋਂ ਹੀ ਜਿਹੜਾ ਹੈ ਉਹ ਸਾਡੇ 'ਚ ਅੱਜ ਅਸੀਂ ਜੱਕਦੇ ਹਾਂ, ਤਾਂ ਫਿਰ ਸਮਝੋ ਵੀ ਅਸੀਂ RSS ਦਾ ਜਿਹੜਾ ਏਜੰਡਾ ਉਸ ਦੇ ਥੱਲੇ ਸਾਡਾ ਹਸ਼ਰ ਬੁੱਧ ਧਰਮ ਵਾਲਾ ਹੋਣ ਜਾ ਰਿਹਾ। ਪਰ ਮੈਂ ਸਮਝਦਾ ਵੀ ਨਹੀਂ, ਗੁਰੂਆਂ ਦੀ ਉਸ ਧਰਤੀ 'ਤੇ ਬੜੀ ਕਮਾਈ ਹੈ, ਖਾਲਸੇ ਦੇ ਬਲਕਾਰ ਯੋਧਿਆਂ ਨੇ ਇਹਨਾਂ ਚਾਰ ਦਹਾਕਿਆਂ ਦੇ ਵਿੱਚ ਬਹੁਤ ਸਾਰੀਆਂ ਪ੍ਰਾਪਤੀਆਂ ਵੀ ਕੀਤੀਆਂ ਨੇ। ਦੁਸ਼ਮਣ ਆਪਣੀ ਚਾਲੇ ਚੱਲਿਆ, ਪਰ ਅਲਟੀਮੇਟਲੀ ਇਸ ਬ੍ਰਾਹਮਣਵਾਦ ਦੀ ਸਫ ਸਾਊਥ ਏਸ਼ੀਆ 'ਚੋਂ ਲੌਕ ਸਟਾਕ ਐਂਡ ਬੈਰਲ ਬਿਲਕੁਲ ਜਿਹੜਾ ਅਲਟੀਮੇਟਲੀ ਖਾਲਸਾ ਹੀ ਵਲੇਟੇਗਾ, ਅਤੇ ਇੰਡੀਅਨ ਓਸ਼ਨ ਦੇ ਕੋਸੇ ਪਾਣੀਆਂ ਦੇ ਹਵਾਲੇ ਇਸ ਵਿਤਕਰੇ ਭਰੀ ਅਣਮਨੁੱਖੀ ਵਿਚਾਰਧਾਰਾ ਜਿਹੜੀ ਬ੍ਰਾਹਮਣਵਾਦ ਦੀ ਹੈ ਇਹਨੂੰ ਡਿਸਟਰੋਏ ਕਰੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾਂ ਜਿਹੜਾ ਅੱਜ ਦਾ ਅਹਿਮ ਇਸ਼ੂ ਆ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ, ਇੱਥੇ ਲੈਂਦੇ ਹਾਂ ਬ੍ਰੇਕ ਪੇਕ ਤੋਂ ਪਹਿਲਾਂ। ਅਸੀਂ ਆਪਣੇ ਦਰਸ਼ਕਾਂ ਅਤੇ ਸਰੋਤਿਆਂ ਨੂੰ ਅਪੀਲ ਅਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ, TV84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਛੜਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv 'ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ 'ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ 'ਤੇ 36-0137 ਲੋਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ 'ਤੇ 5164060694। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ੋਰਟ ਬ੍ਰੇਕ।